ਏਬੀਪੀ ਸੰਜਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਕਾਂਗਰਸ ਹਾਈ ਕਮਾਨ ਦੇ ਵੱਲੋਂ ਪੰਜਾਬ ਦੀ ਲੀਡਰਸ਼ਿਪ ਨੂੰ ਲੈ ਕੇ ਵੱਡੀ ਫੇਰਬਦਲ ਕੀਤੀ ਗਈ ਹੈ ਔਰ ਪਾਰਟੀ ਦੀ ਜਿਹੜੀ ਕਮਾਨ ਹੈ ਉਹ ਨੌਜਵਾਨ ਦੇ ਨੌਜਵਾਨ ਲੀਡਰ ਦੇ ਹੱਥ ਸੌਂਪੀ ਗਈ ਹੈ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਨਵਾਂ ਪ੍ਰਧਾਨ ਜਿਹੜਾ ਉਹ ਪੰਜਾਬ ਦਾ ਲਗਾ ਦਿੱਤਾ ਗਿਆ ਉਹਨਾਂ ਦੇ ਨਾਲ ਹੀ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹ ਭਾਰਤ ਭੂਸ਼ਣ ਆਸ਼ੂ ਔਰ ਦੂਸਰੇ ਪਾਸੇ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਉਹ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਨਾਲ ਡਿਪਟੀ ਐਲਓਪੀ ਰਾਜਕੁਮਾਰ ਚੱਬੇਵਾਲ ਨੂੰ ਲਗਾ ਦਿੱਤਾ ਗਿਆ ਸਾਡੇ ਨਾਲ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਲੀਡਰ ਰਜਿੰਦਰ ਕੌਰ ਪਟਲ ਜੀ ਨੇ ਪਟਲ ਜੀ ਕਿਵੇਂ ਦੇਖਦੇ ਹੋ ਨੌਜਵਾਨੀ ਨੂੰ ਇਸ ਵਾਰ ਕਮਾਂਸੋਂ ਪੀ ਗਈ ਹੈ ਦੇਖੋ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਆਪਣਾ ਚੰਨੀ ਬਣਾਇਆ ਸੀ ਜਾਂ ਸ਼ੀਲ ਜਾਖੜ ਸੀ ਜਾਂ ਸਿੱਧੂ ਬਣਾਇਆ ਸੀ ਨੌਜਵਾਨੀ ਸੀਗੇ ਸਾਡੇ ਨੌਜਵਾਨਾਂ ਦਾ ਯੁੱਗ ਆ ਗਿਆ ਤੇ ਇਹ ਉਸ ਤਰ੍ਹਾਂ ਐਂਗਲ ਦੇ ਉੱਤੋਂ ਫੈਸਲੇ ਲਏ ਜਾ ਰਹੇ ਹੈ ਸਾਰੇ ਜੰਗਸਟਰ ਜਿਸ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸੀਐਮ ਬਣਿਆ ਜੰਗ ਸੀਐਮ ਉਹਨਾਂ ਦਾ ਵੀ ਨਾਂ ਪ੍ਰਧਾਨ ਸੀ ਉਹ ਸੋ ਇਸ ਕਰਕੇ ਇਹ ਤਾਂ ਸਾਡੇ ਜਿਹੜੇ ਪੰਜ ਚਾਰ ਪੰਜ ਸਟੇਟਾਂ ਦੇ ਵਿੱਚੋਂ ਖਾਲੀ ਪਈਆਂ ਸੀਗੀਆਂ ਇਹ ਉਹਦੇ ਤੇ ਉਹਨਾਂ ਦੇ ਕਰਨਾ ਹੀ ਸੀ ਬਣਾਉਣਾ ਹੀ ਸੀ ਲਾਉਣਾ ਹੀ ਸੀ ਉਹਨਾਂ ਦੇ ਉੱਤੇ ਲਾਏ ਗਏ ਨੇ ਇਹ ਪ੍ਰੋਰੋਗੇਟਿਵ ਹੈ ਹਾਈ ਕਮਾਂਡ ਦਾ ਤੇ ਹਾਈ ਕਮਾਂਡ ਨੇ ਜਿਸ ਨੂੰ ਠੀਕ ਸਮਝਿਆ ਭਾਵੇਂ ਹੋਰ ਵੀ ਸਾਡੇ ਕਾਫੀ ਕਾਬਲ ਨੌਜਵਾਨ ਚੰਗੇ ਵਧੀਆ ਕਾਂਗਰਸ ਪਾਰਟੀ ਦੇ ਪ੍ਰਸ਼ੋਕੜ ਵਾਲੇ ਕਮਾਂ ਲੋਕਾਂ ਪੱਛਮ ਕੰਮ ਕਰਨ ਵਾਲੇ ਲੰਬੇ ਐਕਸਪੀਰੀਅੰਸ ਵਾਲੇ ਹੋਰ ਵੀ ਸਾਡੇ ਬਹੁਤ ਸਾਰੇ ਹੈਗੇ ਨੇ ਪਾਰਟੀ ਵਿੱਚ ਕਮੀ ਨਹੀਂ ਕੋਈ ਲੇਕਿਨ ਜ਼ਿੰਮੇਵਾਰੀ ਇੱਕ ਨੂੰ ਦੇਣੀ ਸੀ ਉਹਨਾਂ ਨੇ ਦਿੱਤੀ ਹੈਗੀ ਹੈ ਤੇ ਨਾਲ ਜਿਹੜੇ ਕੰਬੀਨੇਸ਼ਨਸ ਬਣਾਏ ਹੈ ਚਾਹੇ ਉਹ ਵਾਈਸ ਵਰਕਿੰਗ ਪ੍ਰੈਜ਼ੀਡੈਂਟ ਨਾਲ ਬਣਾਏ ਹੈ ਜਾਂ ਆਪਣਾ ਡਿਪਟੀ ਲੀਡਰ ਬਣਾਏ ਜਾਂ ਪ੍ਰਤਾਪ ਸਿੰਘ ਬਾਜਵਾੜਾ ਦੇ ਨਾਲ ਉਹ ਠੀਕ ਕੰਬੀਨੇਸ਼ਨ ਮਾਝਾ ਮਾਲਵਾ ਦੁਆਬਾ ਜਿਸ ਤਰ੍ਹਾਂ ਮਾਲਵਾ ਵੱਡਾ ਹੈ ਉਤੋਂ ਦੋ ਹੋ ਗਏ ਹੈ ਡਿਪਟੀ ਲੀਡਰ ਤੇ ਨਾਲ ਪਲੱਸ ਆਪਣਾ ਰਾਜਾ ਵਿਡਿੰਗ ਪ੍ਰਧਾਨ ਜੋ ਬਣਾਇਆ ਇਸੇ ਤਰ੍ਹਾਂ ਬਾਜਾ ਤੇ ਦੁਆਬਾ ਉੱਥੋਂ ਵੀ ਰਿਪਰੈਜੈਂਟੇਸ਼ਨ ਸਾਰੇ ਵਰਗਾਂ ਨੂੰ ਔਰ ਸਾਰੇ ਪੂਰੇ ਪੰਜਾਬ ਦੇ ਖੇਤਿਆਂ ਨੂੰ ਰਿਪਰੈਜੈਂਟੇਸ਼ਨ ਦਿੱਤੀ ਹੈ ਜੋ ਹਾਈ ਕਮਾਂਡ ਨੇ ਕੀਤਾ ਉਹਨਾਂ ਨੂੰ ਸੇ ਵੈਲਕਮ ਕਰਦੇ ਹਾਂ ਪਟੜੀ ਤੁਸੀਂ ਕਿਹਾ ਕਿ ਨੌਜਵਾਨੀ ਦਾ ਦੌਰ ਹੈ ਤੁਸੀਂ ਆਮ ਆਦਮੀ ਪਾਰਟੀ ਦੀ ਉਦਾਹਰਣ ਦਿੱਤੀ ਹੈ ਪਰ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਿਆ ਗਿਆ ਸੀ ਗੱਦੀੋਂ ਔਰ ਨਵਜੋਤ ਸਿੰਘ ਸਿੱਧੂ ਦੇ ਹੱਥਾਂ ਕਮਾਂਡ ਦਿੱਤੀ ਗਈ ਸੀ ਔਰ ਇੱਕ ਵਿਜ਼ਨ ਲੱਗ ਰਿਹਾ ਸੀ ਕਿ ਲੌਂਗ ਟਰਮ ਜਿਹੜਾ ਕਾਂਗਰਸ ਪਾਰਟੀ ਲੰਬਾ ਸੋਚ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਬਹੁਤ ਥੋੜੇ ਸਮੇਂ ਦੇ ਲਈ ਉਹਨਾਂ ਨੂੰ ਪ੍ਰਧਾਨਗੀ ਤੇ ਲਗਾਇਆ ਗਿਆ ਤਾਂ ਕਹਿ ਸਕਦੇ ਹਾਂ ਕਿ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਤੇ ਸਿਰ ਜਿਹੜਾ ਕਾਂਗਰਸ ਹਾਈ ਕਮਾਂਡ ਦੇ ਬੋਲ ਨੇ ਮੰਨ ਲਿਆ ਗਿਆ ਕਿ ਨਹੀਂ ਇਹ ਦੋ ਬੰਦੇ ਹੀ ਹਾਰ ਦੇ ਇੱਕ ਜਿਹੜੇ ਜ਼ਿੰਮੇਵਾਰ ਨੇ ਦੇਖੋ ਕਈ ਕਾਰਨ ਹੁੰਦੇ ਹਾਰ ਦਾ ਕੋਈ ਇੱਕ ਅਦਾ ਕਾਰਨ ਨਹੀਂ ਹੁੰਦਾ ਇਸ ਵਾਰ ਦੀ ਜਿਹੜੀ ਹੋਈ ਹੈ ਇਲੈਕਸ਼ਨ ਜਿੱਤ ਜਾਂ ਹਾਰ ਇਹਨੂੰ ਤੁਸੀਂ ਕਿਸੇ ਪਾਰਟੀਆਂ ਦੇ ਇਹ ਕਾਰਨਾਂ ਨੂੰ ਜ਼ਿਆਦਾ ਕਾਰਨ ਨਹੀਂ ਜ਼ਿੰਮੇਵਾਰ ਦਿੱਤਾ ਤਿਹਾਰਾਂ ਦੇ ਇਸ ਵਾਰ ਇੱਕ ਵੱਖਰਾ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਆਪਣਾ ਤਸਰਬਾ ਕਰਨਾ ਚਾਹਿਆ ਜਿਹੜੀ ਬਦਲਾਅ ਦੀ ਨੀਤੀ ਚੱਲ ਰਹੀ ਸੀ ਤੇ ਹਰ ਬਾਰ ਬਦਲਾਅ ਬਦਲਾਅ ਕਰਦੇ ਸੀ ਤੇ ਕੇਜਰੀਵਾਲ ਵੀ ਸਾਰੀਆਂ ਦੀਵਾਰਾਂ ਤੇ ਕਿ ਇੱਕ ਵਾਰ ਮੌਕਾ ਕੇਜਰੀਵਾਲ ਨੂੰ ਤੇ ਉਹ ਲੋਕਾਂ ਦੇ ਦਿਮਾਗ ਵਿੱਚ ਵੀ ਇਹ ਗੱਲ ਬਸ ਗਈ ਕਿ ਰਵੈਤੀ ਪਾਰਟੀਆਂ ਨੂੰ ਆਪਾਂ ਮੌਕੇ ਦਿੱਤੇ ਐ ਤੇ ਇੱਥੇ ਗਰੰਟੀਆਂ ਵਾਅਦੇ ਕਹਿੰਦੇ ਐ ਦਿੱਲੀ ਦੀ ਗੱਲ ਕਰਦੇ ਐ ਤੇ ਚਲੋ ਇੱਕ ਵਾਰ ਮੌਕਾ ਦਿਓ ਇਹ ਕਿਸੇ ਨੇ ਇਹ ਨਹੀਂ ਕਿ ਕਿਸੇ ਨੇ ਉਹ ਬੋਟਾ ਉਮੀਦਵਾਰਾਂ ਨੂੰ ਜਾਂ ਹੋਰ ਨੂੰ ਦੇਖ ਕੇ ਕਿਹਨੂੰ ਹਰਾਉਣਾ ਹੈ ਕਿਹਨੂੰ ਜਿਤਾਉਣਾ ਹੈ ਉੱਥੇ ਇਹ ਨਹੀਂ ਦੇਖੇ ਇਨਸਾਨਾਂ ਨੇ ਉੱਥੇ ਇਹਨਾਂ ਨੇ ਸੋਚਿਆ ਕਿ ਆਮ ਆਦਮੀ ਪਾਰਟੀ ਜਾਂ ਝਾੜੂ ਦਾ ਨਿਸ਼ਾਨ ਬਦਲਾਅ ਚਾਹੁੰਦੇ ਸੀ ਸਾਰੀਆਂ ਪਾਰਟੀਆਂ ਦੇ ਵਿੱਚੋਂ ਇਹ ਬਦਲਾਅ ਦੀ ਜਿੱਤ ਹੈਗੀ ਹੈ ਸੋ ਉਸ ਬਦਲਾਅ ਦਾ ਇੱਕ ਜੋ ਐਕਸਪੈਰੀਮੈਂਟ ਕੀਤਾ ਤਸਰਬਾ ਕੀਤਾ ਹੈ ਦੇਖਣਾ ਚਾਹੁੰਦੇ ਆ ਲੋਕ ਪਰਮਾਤਮਾ ਕਰੇ ਪਤਾ ਨਹੀਂ ਜਿਸ ਤਰ੍ਹਾਂ ਦਾ ਆਉਣ ਵਾਲਾ ਸਮਾਂ ਦੱਸੂਗਾ ਤੇ ਕਿੰਨਾ ਕੁ ਪੂਰਾ ਉੱਤਰ ਦੇ ਆ ਕਿੰਨੀਆਂ ਕਿ ਚੀਜ਼ਾਂ ਹੁੰਦੀਆਂ ਕੀ ਉਹ ਬਦਲਾਅ ਦਾ ਅੱਛਾ ਰਿਜਲਟ ਮਿਲਦਾ ਹੈ ਕਿ ਹੋ ਜਾ ਮਿਲਦਾ ਹੈ ਸੋ ਇਹ ਅਜੇ ਤਾਂ ਫਸਟ ਟਾਈਮ ਐਸੀ ਲੋਕ ਅੰਦਸ਼ਰ ਬਕਰ ਕੇ ਦੇਖਿਆ ਸੋ ਮੈਂ ਤਾਂ ਸਮਝਦੀ ਆ ਕਿ ਇਹ ਬਦਲਾਅ ਦੀ ਜਿੱਤ ਹੋਈ ਹੈ ਬਦਲਾਅ ਦੀ ਭਾਵਨਾ ਲੋਕਾਂ ਦੇ ਮਨ ਵਿੱਚ ਆਈ ਹੋਈ ਸੀ ਜਦੋਂ ਸਾਡੇ ਕਿਸਾਨ ਮੋਰਚਿਆਂ ਤੇ ਬੈਠੇ ਸੀ ਨੌਜਵਾਨ ਵੀ ਹੋਰ ਵੀ ਸਾਰੇ ਜਿੰਨੇ ਸਪੀਚਾਂ ਕਰਦੇ ਸੀ ਉੱਥੇ ਬਦਲਾਅ ਦੀ ਗੱਲ ਹੀ ਬੜੀ ਭਾਰੂ ਸੀ ਉਹ ਜਿਹੜੀ ਬਦਲਾਅ ਲਿਆਦਾ ਲੋਕਾਂ ਨੇ ਹੋ ਗਿਆ ਕਿਸੇ ਨਹੀਂ ਕਿ ਕਿਸੇ ਪਾਰਟੀਆਂ ਦਾ ਜਾਂ ਕਿਸੇ ਲੀਡਰਾਂ ਦਾ ਕਿਸੇ ਕਾਰਨ ਕਰਕੇ ਜਿੱਤ ਜाहਰ ਹੋਈ ਹੈ ਸਾਰੇ ਵੱਡੇ ਵੱਡੇ ਲੀਡਰ ਵੀ ਹਾਰੇ ਆ ਛੋਟੇ ਵੀ ਹਾਰੇ ਆ ਸਾਰੀਆਂ ਹੀ ਪਾਰਟੀਆਂ ਦੇ ਹਾਰੇ ਆ ਇਸ ਕਾਰਨ ਕਰਕੇ ਤੇ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਉਹ ਜਿਹੜੇ ਈਵਨ ਨਿਊ ਫੇਸਸ ਸੀ ਹਾਲਾਂਕਿ ਮੈਂ ਕਿਸੇ ਦਾ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੀ ਕੋਈ ਵੀ ਹੈ ਕਈਆਂ ਨੂੰ ਕੋਈ ਜਾਣਦਾ ਵੀ ਨਹੀਂ ਸੀ ਤੇ ਇਸ ਕਾਰਨ ਕਰਕੇ ਉਹਨਾਂ ਨੇ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਨਾਂ ਦੇ ਉੱਤੇ ਵੋਟ ਦਿੱਤੀ ਲੋਕਾਂ ਨੇ ਬਦਲਾਅ ਵਾਸਤੇ ਤੁਸੀਂ ਕਿਹਾ ਕਿ ਬਦਲਾਅ ਸੀ ਇੱਕ ਵੇਗ ਸੀ ਇੱਕ ਇਦਾਂ ਦੀ ਹਵਾ ਸੀ ਜਿਸ ਦੇ ਵਿੱਚ ਸਾਰਿਆਂ ਦੇ ਬਾਕੀ ਪਾਰਟੀਆਂ ਦੇ ਜਿਹੜੇ ਨੇ ਉਹ ਪੈਰ ਨਹੀਂ ਜੰਮਣ ਦਿੱਤੇ ਪਰ ਫਿਰ ਦੂਸਰੇ ਪਾਸੇ ਕਾਂਗਰਸ ਪਾਰਟੀ ਨੂੰ ਬਦਲਾਅ ਕਰਨ ਦੀ ਕੀ ਜ਼ਰੂਰਤ ਪੈ ਗਈ ਜੇਕਰ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਸੀ ਠੀਕ ਹੈ ਇਸ ਵਾਰ ਹਵਾ ਸੀ ਅਸੀਂ ਵੀ ਮੰਨਦੇ ਹਾਂ ਪਰ ਕਾਂਗਰਸ ਪਾਰਟੀ ਨੂੰ ਫਿਰ ਬਦਲਾਉ ਕਿਉਂ ਕਰਨਾ ਪਿਆ ਕਾਂਗਰਸ ਪਾਰਟੀ ਕਿਉਂ ਜ਼ਿੰਮੇਵਾਰ ਕਿਉਂਕਿ ਪ੍ਰਧਾਨ ਬਦਲੇ ਗਏ ਨੇ ਵੱਡੀ ਆਪਾਂ ਕਹਿੰਦੇ ਕਿ ਡਿਵੈਲਪਮੈਂਟ ਕੀਤੀ ਕੀ ਆ ਹੋਰ ਨਵੇਂ ਆਨ ਮੌਕਾ ਦਿੱਤਾ ਗਿਆ ਤਾਂ ਕਿਤਨਾ ਕਹਤੇ ਜ਼ਿੰਮੇਵਾਰੀ ਤਾਂ ਬਣਦੀ ਐ ਸੇ ਮੰਨਦੇ ਵੀ ਉਹਨਾਂ ਦੇ ਮੋਢਿਆਂ ਉੱਪਰ ਇਹ ਭਾਰ ਪਾਇਆ ਗਿਆ ਕਿ ਨਹੀਂ ਤੁਸੀਂ ਸਹੀ ਢੰਗ ਦੇ ਨਾਲ ਪ੍ਰੋਪਰਲੀ ਪਰਫਾਰਮ ਨਹੀਂ ਕਰ ਪਾਏ ਇਸ ਲਈ ਤੁਹਾਨੂੰ ਉਤਾਰਿਆ ਗਿਆ ਦੇਖੋ ਜਿਸ ਤਰ੍ਹਾਂ ਪਹਿਲਾਂ ਮੈਂ ਕਿਹਾ ਕਿ ਇੱਕ ਕਾਰਨ ਨਹੀਂ ਹੁੰਦਾ ਇੱਕ ਕਾਰਨ ਹੈ ਕਿ ਬਦਲਾਅ ਚਾਹੁੰਦੇ ਸੀ ਲੋਕ ਦੂਜਾ ਕਾਰਨ ਹੈ ਕਿ ਕਈ ਵਾਰੀਆਂ ਆਪਣਾ ਸਮਝਿਆ ਜਾਂਦਾ ਹੈ ਕਿ ਜੋ ਲੀਡਰਸ਼ਿਪ ਬਣਾਈ ਜਾਂ ਦਿੱਤੀ ਕੀ ਉਹ ਉਸ ਇਲੈਕਸ਼ਨ ਦੇ ਐਟਮੋਸਫੀਅਰ ਦੇ ਮੁਤਾਬਕ ਇਲੈਕਸ਼ਨ ਡਿਊਰਿੰਗ ਇਲੈਕਸ਼ਨ ਉਹਨੂੰ ਆਪਣੇ ਪੂਰੀ ਤਨਦੇਹੀ ਨਾਲ ਨਿਭਾਉਣ ਵਿੱਚ ਜਾਂ ਉਹਦੇ ਵਿੱਚ ਕਿਸੇ ਤਰੀਕੇ ਦਾ ਕੋਈ ਵਿਗਨਤਾ ਨਹੀਂ ਪੈ ਰਿਹਾ ਤੇ ਜਾਂ ਉਹ ਸਮੂਥਲੀ ਪੀਸਫੁਲ ਚੱਲ ਰਿਹਾ ਇਹ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਲੇਕਿਨ ਅਨਫਾਰਚੂਨੇਟਲੀ ਸਾਡੀ ਪਾਰਟੀ ਵਿੱਚ ਥੋੜਾ ਇਸ ਤਰ੍ਹਾਂ ਦਾ ਰਿਹਾ ਹੀ ਕੁਝ ਸ਼ਜੀ ਦੇ ਪਿੱਛੇ ਆਪਣੇ ਆਪਸ ਵਿੱਚ ਲੋਕਾਂ ਨੂੰ ਇਹ ਨਜ਼ਰ ਆਇਆ ਕਿ ਇਹ ਤਾਂ ਆਪਸ ਵਿੱਚ ਲੜੀ ਜਾਂਦੇ ਆ ਇਹ ਵੀ ਇੱਕ ਭਾਵੇਂ ਛੋਟਾ ਕਾਰਨ ਹੋੜਾ ਇਹ ਆਪ ਵੀ ਲੜੀ ਜਾਣਿਆਂ ਦਾ ਕਾਂਗਰਸ ਪਾਰਟੀ ਵਿੱਚ ਇਹ ਰੀਜ਼ਨ ਵੀ ਆਇਆ ਸੀ ਜਿਸ ਦੇ ਉੱਪਰ ਮੈਨੂੰ ਮੈਨੂੰ ਖੁਦ ਅਨਫੋਰਚੂਨੇਟ ਮੈਂ ਕਹਿੰਨੀ ਹਾਲਾਂਕਿ ਦੋਨੋਂ ਸਾਡੇ ਜਿਹੜੇ ਲੀਡਰਸ ਸੀ ਚਾਹੇ ਉਹ ਚੰਨੀ ਹੈ ਚਾਹੇ ਉਹ ਸਿੱਧੂ ਹੈ ਯੰਗ ਮੁੰਡੇ ਹੈ ਅੱਛੇ ਹੈ ਕੰਮ ਕਰਦੇ ਸੀਗੇ ਤੇ ਲੇਕਿਨ ਕਿਤੇ ਨਾ ਕਿਤੇ ਕਮੀ ਰਹੀ ਉਹ ਕਮੀ ਜਿਹੜੀ ਰਹੀ ਉਹਦੇ ਕਾਰਨ ਕਰਕੇ ਉਹਦਾ ਕ੍ਰਿਟਿਸਿਜ਼ਮ ਉਹਦੇ ਡਿਊਰਿੰਗ ਇਲੈਕਸ਼ਨ ਇਹ ਕੁਝ ਹੋਈ ਜਾਣਾ ਤੇ ਉਹ ਸਾਰੀਆਂ ਚੀਜ਼ਾਂ ਨੂੰ ਬਧੇ ਨਜ਼ਰ ਰੱਖ ਕੇ ਤੇ ਠੀਕ ਪਾਰਟੀ ਨੇ ਹਾਈ ਕਮਾਂਡ ਨੇ ਸੋਚਿਆ ਕਿ ਚਲੋ ਜੇ ਇਸ ਤਰ੍ਹਾਂ ਹੈਗਾ ਤਾਂ ਸਿੱ ਕੋਈ ਹੋਰ ਨਵੇਂ ਚਿਹਰੇ ਦੇ ਦੇ ਦਿੰਨੇ ਆ ਤੁਸੀਂ ਗੱਲ ਕੀਤੀ ਕਿ ਕਿ ਇੱਕ ਪਰਿਵਾਰ ਪਾਰਟੀ ਇੱਕ ਪਰਿਵਾਰ ਦੀ ਤਰ੍ਹਾਂ ਹੁੰਦੀ ਹੈ ਹਰ ਪਰਿਵਾਰ ਦੇ ਵਿੱਚ ਗਿਲੇ ਸ਼ਿਕਵੇ ਹੁੰਦੇ ਨੇ ਪਰ ਤੁਸੀਂ ਇਹ ਗੱਲ ਮੰਨਦੇ ਹੋ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਸੜਕਾਂ ਤੱਕ ਜਗਜाहਰ ਹੋਈ ਹੈ ਜਿਹੜੀ ਕਾਂਗਰਸ ਦੇ ਵਿੱਚ ਆਪਸੀ ਬਿਆਨਵਾਜੇ ਜਾਂ ਆਪਸੀ ਫੁੱਟਰ ਦੀ ਗੱਲ ਕਰੀਏ ਸ਼ਾਇਦ ਉਹ ਦੂਸਰੀ ਪਾਰਟੀ ਵਿੱਚ ਨਹੀਂ ਹੁੰਦੀ ਪਰਿਵਾਰ ਦੇ ਫੈਸਲੇ ਨੇ ਇਹ ਕਮਰੇ ਦੇ ਬਹਿ ਕੇ ਵਿੱਚ ਵੀ ਸੋਲਵ ਹੋ ਸਕਦੇ ਨੇ ਪਰ ਜਿਸ ਤਰੀਕੇ ਦੇ ਨਾਲ ਤੂੰ ਤੂੰ ਮੈਂ ਮੈਂ ਕਰਕੇ ਜਾਂ ਕਿ ਦ ਕਾਂਗਰਸ ਦੇ ਵਿੱਚ ਹੋਈ ਇਹ ਮੰਨਦੇ ਹਾਂ ਕਿ ਜਿਹੜੀ ਬੜੀ ਡੁੱਬੀ ਹੈ ਕਿਤਨਾ ਕਿਤੇ ਇਹੀ ਮੇਨ ਕਾਰਨ ਰਹਾ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਵੀ ਇਹ ਵੀ ਇੱਕ ਕਾਰਨ ਹੈਗਾ ਲੇਕਿਨ ਦਿਸ ਇਜ਼ ਅ ਵੈਰੀ ਅਨਫੋਰਚੂਨੇਟ ਮੈਂ ਇਸ ਨੂੰ ਬੜੀ ਬਦਕਿਸਮਤੀ ਸਮਝਦੀ ਹਾਂ ਕਾਂਗਰਸ ਪਾਰਟੀ ਦੀ ਇਹ ਨਹੀਂ ਕਿ ਅੱਗੇ ਕਦੇ ਡਿਫਰੈਂਸਸ ਹੁੰਦੇ ਨਹੀਂ ਸੀ ਚਾਹੇ ਉਹ ਸਵਰਨ ਸਿੰਘ ਟੇਟ ਲੋਸਾਉ ਦੇ ਵੇਲੇ ਸੀ ਚਾਹੇ ਉਹ ਦਰਵਾਰਾ ਸਿੰਘ ਤੇ ਗਿਆਨੀ ਜੀ ਦੇ ਵੇਲੇ ਸੀ ਚਾਹੇ ਉਹ ਮੇਰੇ ਜਾਂ ਕੈਪਟਨ ਜਬਰਾਰਾ ਸਾਹਿਬ ਦੇ ਵੇਲੇ ਸੀ ਡਿਫਰੈਂਸਸ ਹੁੰਦੇ ਰਹੇ ਨੇ ਲੇਕਿਨ ਜਦੋਂ ਇਲੈਕਸ਼ਨ ਆ ਜਾਂਦੀ ਹੈ ਉਸ ਵੇਲੇ ਸਾਰੇ ਡਿਫਰੈਂਸਸ ਨੂੰ ਵਿੱਚ ਦਬਾ ਕੇ ਇੰਟਰਨਲੀ ਕੋਈ ਗੱਲ ਹੋਵੇ ਤਾਂ ਜ਼ਰੂਰ ਪਾਰਟੀ ਨਾਲ ਕੀਤੀ ਜਾਂਦੀ ਹੈ ਉਦੋਂ ਬਾਹਰ ਓਪਨ ਪਬਲਿਕ ਦੇ ਵਿੱਚ ਜੁਆਇੰਟ ਫੇਸ ਜੁਆਇੰਟ ਚਿਹਰਾ ਤੇ ਜੁਆਇੰਟ ਸਰਦਖਾਇਆ ਜਾਂਦਾ ਹੈ ਇਹ ਅਨਫੋਰਚੂਨੇਟ ਰਹਾ ਕਿ ਇਹਦੇ ਵਿੱਚ ਕਮੀ ਰਹੀ ਅਸੀਂ ਬਿਲਕੁਲ ਕੋਸ਼ਿਸ਼ ਵੀ ਕੀਤੀ ਕਈ ਵਾਰੀ ਇੱਥੇ ਮੀਟਿੰਗਾਂ ਹੋਈਆਂ ਸਾਡੇ ਕਈ ਸੀਨੀਅਰ ਲੀਡਰ ਬੈਠੇ ਪਤਾ ਨਹੀਂ ਕਿੱਥੇ ਕਮੀ ਰਹੀ ਮੈਨੂੰ ਨਹੀਂ ਪਤਾ ਲੇਕਿਨ ਉਹ ਸਾਰੀ ਚੀਜ਼ ਜਿਹੜੀ ਪਹਿਲਾਂ ਵੀ ਹੋ ਰਹੀ ਸੀ ਤੇ ਉਸ ਤੋਂ ਬਾਅਦ ਵੀ ਹੋ ਰਹੀ ਸੀ ਆ ਥੋੜੇ ਦਿਨ ਪਹਿਲਾਂ ਹੀ ਮੈਂ ਦੇਖਿਆ ਮੀਟਿੰਗਾਂ 'ਚ ਇਹ ਇਹ ਪਤਾ ਨਹੀਂ ਇਹ ਕਾਂਗਰਸ ਪਾਰਟੀ ਵਿੱਚ ਐਸਾ ਹੈ ਨਹੀਂ ਸੀ ਪਹਿਲਾਂ ਕਿੰਨਾ ਇਨਾ ਖੰਡਾਰਾ ਜਿਸ ਤਰ੍ਹਾਂ ਕਹਿੰਦੇ ਗਲੀ ਮਹੱਲੇ ਦੀ ਲੜਾਈ ਵੜਨੀ ਇਹ ਬੜੀ ਦੁਖਦਾਇਕ ਹੈ ਜਿੰਨੀ ਏਸੀ ਕਾਂਗਰਸ ਪਾਰਟੀ ਨੂੰ ਸਾਰੇ ਪੁਰਾਣੇ ਸੀਨੀਅਰ ਲੀਡਰਾਂ ਨੇ ਪਰਿਵਾਰਾਂ ਨੇ ਅੱਜ ਤੱਕ ਕੱਲੀ ਮੈਂ ਨਹੀਂ ਜਾਂ ਬਹੁਤ ਸਾਰਿਆਂ ਨੇ ਖੂਨ ਦੇ ਕੇ ਆਪਣੀ ਪਾਰਟੀ ਬਣਾਈ ਦੇਖੀ ਕਾਂਗਰਸ ਕਲਚਰ ਦੇ ਵਿੱਚ ਜੋ ਕੁਝ ਹੋਇਆ ਤੇ ਉਹਦੇ ਵਿੱਚ ਇਹ ਇਹ ਤਮਾਸ਼ਾ ਹੀ ਗੱਲਾਂ ਜਿਹੜੀਆਂ ਥੋੜੀਆਂ ਹੈਗੀਆਂ ਜਰੂਰ ਕਿਤੇ ਗਲਤੀਆਂ ਹੋ ਸਕਦੀਆਂ ਜਰੂਰ ਡਿਫਰੈਂਸਸ ਹੋ ਸਕਦੇ ਆ ਜਰੂਰ ਸਾਨੂੰ ਆਪਣੀ ਵਿਰੋਧਤਾ ਕਰਨੀ ਪੈ ਸਕਦੀ ਹੈ ਪਰ ਕਦੋਂ ਕਿਵੇਂ ਤੇ ਕਿੱਥੇ ਕਰ ਰਹੀ ਹੈ ਇਸ ਕਰਕੇ ਇਹ ਸਾਰੀਆਂ ਸਿਚੁਏਸ਼ਨਾਂ ਦੇ ਵਿੱਚ ਮੈਂ ਪੂਰੇ ਦੇਖ ਰਹੀ ਸੀਗੇ ਕਿ ਭਲੇ ਜੇ ਮੈਂ ਪਿਛੜਾ ਲੀਡਰਾਂ ਦਾ ਨਾਮ ਲਿਆ ਪੁਰਾਣੇ ਲੀਡਰਾਂ ਸਮੇਂ ਦੇ ਵਿੱਚ ਵੀ ਉਸ ਤਰ੍ਹਾਂ ਦੀ ਕਾਂਗਰਸ ਥੋੜੀ ਜੀ ਗਾਇਬ ਹੁੰਦੀ ਨਜ਼ਰ ਆ ਰਹੀ ਹੈ ਤੇ ਪੁਰਾਣੀ ਕਾਂਗਰਸ ਕਲਚਰ ਵਾਲੀ ਤੇ ਨਵੇਂ ਯੰਗਸਟਰ ਜੂਥ ਠੀਕ ਹੈ ਜਿਸ ਤਰ੍ਹਾਂ ਜੋਗ ਹੁਣ ਦਫ਼ਤਰੇ ਹੋਣਾ ਚਾਹੀਦਾ ਹੈ ਜ਼ਮਾਨਾ ਇਸ ਤਰ੍ਹਾਂ ਹੈ ਕੱਲਾ ਸਾਡਾ ਨਹੀਂ ਸਾਰਾ ਹੀ ਜ਼ਮਾਨਾ ਇਸ ਤਰ੍ਹਾਂ ਹੈਗਾ ਨਵੇਂ ਤੋਂ ਨਵੀਂ ਜਨਰੇਸ਼ਨ ਆਉਂਦੀ ਹੈ ਨਮੀਆਂ ਪੀੜ੍hiyan ਆਉਂਦੀਆਂ ਹਨ ਉਹਨਾਂ ਦੇ ਤੌਰ ਤਰੀਕੇ ਬੱਖਰੇ ਹੁੰਦੇ ਆ ਤੇ ਉਹਨਾਂ ਦੇ ਨਾਲ ਚੱਲਣ ਲਈ ਸਾਨੂੰ ਵੀ ਉਹੀ ਕੁਝ ਕਰਨਾ ਪੈਣਾ ਹੈ ਕੀਤਾ ਪਿਆ ਲੇਕਿਨ ਅਗਰੇ ਵੀ ਥੋੜੀ ਜਿਹੀ ਹਲੀਮੀ ਥੋੜੀ ਜਿਹੀ ਸੰਕੋਚ ਨਾ ਚੱਲਿਆ ਜਾਵੇ ਤਾਂ ਸਾਡੀ ਪਾਰਟੀ ਸਾਰੇ ਵਧੀਆ ਲੀਡਰ ਨੇ ਔਰ ਇਹ ਕਾਂਗਰਸ ਪਾਰਟੀ ਵਧੀਆ ਹੈਗੀ ਹੈ ਇਹ ਮੁੜ ਇਹ ਕੋਈ ਏਡੀ ਵੱਡੀ ਗੱਲ ਨਹੀਂ ਕਿ ਅਸੀਂ ਇੱਕ ਛੱਟ ਹੋ ਗਈ ਛੱਟ ਸਾਰਿਆਂ ਤੇ ਪਈ ਹੈ ਜਿਸ ਤਰ੍ਹਾਂ ਮੈਂ ਕਿਹਾ ਕੱਲੀ ਕਾਂਗਰਸ ਪਾਰਟੀ ਤੇ ਨਹੀਂ ਕਾਂਗਰਸ ਪਾਰਟੀ ਤੇ ਤਾਂ ਐ ਕਿਹਦਾ ਸਾਡਾ ਲੰਬਾ ਇਤਿਹਾਸ ਹੈ ਬਹੁਤ ਬਾਰ ਅਈ ਦੂ ਵੀ ਵੱਡੀਆਂ ਵੱਡੀਆਂ ਸੱਟਾਂ ਦਾ ਸਾਹਮਣਾ ਕਰਨਾ ਪਿਆ ਜੀ ਸਾਡੇ ਦੇਸ਼ ਦੀ ਪ੍ਰਾਈਮ ਮਿੰਿਸਟਰ ਸ਼੍ਰੀ ਮਤੀ ਇੰਦਰਜੀਤ ਗਾਂਧੀ ਜੀ ਵੀ ਹਾਰੇ ਸੀ ਇੱਕ ਵਾਰ ਉਸ ਤੋਂ ਬਾਅਦ ਆਪਣੇ ਸੰਜੀਤ ਗਾਂਧੀ ਜੀ ਵੀ ਹਾਰੇ ਸਾਰੇ ਅਸੀਂ ਹਾਰੇ ਸੀ ਪੰਜਾਬ ਚੋਂ ਸਾਰੀਆਂ ਕਈ ਸਟੇਟਸ ਪਾਇਆ ਹੋਇਆ ਸੀ ਲੇਕਿਨ ਬੜੀ ਛੇਤੀ ਸਾਡੀ ਉਸ ਵਕਤ ਦੀ ਲੀਡਰਸ਼ਿਪ ਨੇ ਸਾਰਾ ਸੰਭਾਲ ਕੇ ਔਰ ਬੜੀ ਛੇਤੀ ਸਾਰੇ ਕਾਂਗਰਸ ਦੇ ਲੀਡਰਸ ਨੇ ਇਕੱਠੇ ਹੋ ਕੇ ਜੁਨਾਈਟਡਲੀ ਮੁੜ ਕੇ ਮੋਰਚੇ ਸੰਭਾਲ ਕੇ ਮੁੜ ਕੇ ਆਪਣੀ ਪਾਵਰ ਲਿਆ ਕੇ ਦੇਸ਼ ਤੇ ਰਾਜ ਕੀਤਾ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਇਹ ਤਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਇਹ ਤਬਦੀਲੀ ਲੋਕ ਦੇਖਣਾ ਚਾਹੁੰਦੇ ਸੀ ਦੇਖ ਲੈਣਗੇ ਦੇਖਣਾ ਚਾਹੀਦਾ ਲੋਕਾਂ ਨੂੰ ਵੀ ਜੇ ਉਸ ਵਿੱਚ ਕੋਈ ਪੂਰਾ ਉੱਤਰ ਹੁੰਦਾ ਤਾਂ ਮੈਂ ਸਮਝਦੀਆਂ ਸਾਨੂੰ ਸਾਰੀਆਂ ਪਾਰਟੀਆਂ ਨੂੰ ਵੀ ਇਸ ਤੋਂ ਸਭ ਕੁਝ ਮਿਲੂਗਾ ਸੀ ਇਹਨਾਂ ਨੂੰ ਇਹ ਗੱਲ ਪੜਾਈਏ ਲੇਕਿਨ ਜੇ ਇਹ ਦੇ ਵਿੱਚ ਇੱਕ ਸਿਰਫ ਕਹਿਣ ਤੇ ਜਿਸ ਤਰ੍ਹਾਂ ਕਹਿੰਦੇ ਹਾਥੀ ਕੇ ਦਾੰਤ ਖਾੜੇ ਕੇ ਔਰ ਦਿਖਾਣੇ ਕੇ ਔਰ ਜੇ ਇਸ ਤਰ੍ਹਾਂ ਸਾਬਤ ਹੋ ਜਾਂਦਾ ਤਾਂ ਇਹਦਾ ਬਹੁਤ ਲੰਬਾ ਖਮਿਆਜਾ ਸਾਰੇ ਲੋਕਾਂ ਨੂੰ ਭੁਗਤਣਾ ਪੈਣਾ ਹੈ ਪੰਜਾਬ ਨੂੰ ਭੁਗਤਣਾ ਪੈਣਾ ਹੈ ਮੈਮ ਤੁਸੀਂ ਇਹ ਗੱਲ ਮੰਨਦੇ ਹੋ ਕਿ ਜਿਹੜੀ ਪਹਿਲਾਂ ਤੁਸੀਂ ਲੀਡਰਸ਼ਿਪ ਦੀ ਗੱਲ ਕੀਤੀ ਜਿਵੇਂ ਬਾਉਂਸ ਬੈਕ ਕੀਤੀ ਸੀ ਤੁਸੀਂ ਇੰਦਰਾ ਗਾਂਧੀ ਦੇ ਟਾਈਮ ਦੀ ਗੱਲ ਕੀਤੀ ਆ 70 80 90 ਦਹਾਕੇ ਦੀ ਗੱਲ ਕਰ ਰਹੇ ਹਾਂ ਲੱਗਦਾ ਕਿ ਹੁਣ ਉਹ ਤਾਲਮੇਲ ਜਾਂ ਉਹ ਜਿਹੜਾ ਅਕਸ ਸੀਗਾ ਕਾਂਗਰਸ ਲੀਡਰਸ਼ਿਪ ਦਾ ਕਾਂਗਰਸ ਹਾਈ ਕਮਾਂਡ ਦਾ ਮੈਂ ਜ਼ਿਕਰ ਕਰ ਰਿਹਾ ਉਹ ਪਹਿਲਾਂ ਵਰਗਾ ਵजूद ਹੋਣ ਰਿਹਾ ਔਰ ਕਿਸ ਤਰੀਕੇ ਦਾ ਜਿਹੜਾ ਇੰਪੈਕਟ ਆ ਉਸ ਸਟੇਟਾਂ ਦੇ ਉੱਪਰ ਜਾ ਰਿਹਾ ਜਿਸ ਤਰੀਕੇ ਦੇ ਨਾਲ ਕਾਂਗਰਸ ਦਾ ਹੌਲੀ ਹੌਲੀ ਹਾਸਤੇ ਟੈਂਸ ਸੁਪਾਇਆ ਹੁੰਦਾ ਜਾ ਰਿਹਾ ਦੇਖੋ ਸੋਨੀਆ ਗਾਂਧੀ ਜੀ ਤੱਕ ਕਿਉਂਕਿ ਉਹ ਵੀ ਸਾਡੀ ਏਜ ਦੇ ਹੀ ਹੈਗੇ ਉਦੋਂ ਤੱਕਰ ਤੁਸੀਂ ਆਪ ਦੇਖਿਆ ਦੋ ਵਾਰੀਆਂ ਸਾਡੇ ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਬਣੇ ਨੇਗੇ ਉਸ ਵਕਤ ਦੀ ਲੀਡਰਸ਼ਿਪ ਦੇ ਵਿੱਚ ਤੇ ਉਸ ਤੋਂ ਬਾਅਦ ਜਿਵੇਂ ਪਹਿਲਾਂ ਮੈਂ ਕਿਹਾ ਕਿ ਨਿਊ ਜਨਰੇਸ਼ਨ ਸੋਨੀਆ ਜੀ ਤੋਂ ਬਾਅਦ ਚਾਹੇ ਉਸ ਤੋਂ ਸਾਡੇ ਹਾਈ ਕਮਾਂਡ ਦੇ ਵਿੱਚ ਵੀ ਨਿਊ ਜਨਰੇਸ਼ਨ ਆਈ ਹੈ ਉਹ ਨਿਊ ਜਨਰੇਸ਼ਨ ਦਾ ਤੇ 올ਡ ਜਨਰੇਸ਼ਨ ਦਾ ਥੌਟਸ ਦਾ ਥਿੰਕਿੰਗ ਦਾ ਡਿਸੀਜਨ 메ਕਿੰਗ ਦਾ ਥੋੜਾ ਫਰਕ ਹੈਗਾ ਲੇਕਿਨ ਮੈਂ ਅੱਜ ਵੀ ਸਮਝਦੀ ਹਾਂ ਕਿ ਕਾਂਗਰਸ ਪਾਰਟੀ ਦੇ ਵਿੱਚ ਸਾਡੇ ਇਸੇ ਤਰ੍ਹਾਂ ਇਹ ਸਾਰੀਆਂ ਚੇਂਜਸ ਆਈਆਂ ਹੈ ਮੈਨੂੰ ਮੈਂ ਹਰ ਵਾਰ ਕਹਿੰਨੀ ਆ ਕਿ ਬਹਿ ਵੀ ਇੱਕ ਲੇਡੀਜ਼ ਜਿਹੜਾ ਕੋਟਾ ਸੀ ਉਹਦੇ ਵਿੱਚੋਂ ਇੰਦਰਾ ਜੀ ਨੇ ਮੈਨੂੰ ਦਿੱਤਾ ਸੀ ਟਿਕਟ ਜੂਥ ਵਿੱਚੋਂ ਪਵਨ ਵਾਂਸਲ ਹੈ ਜੂਥ ਦੇ ਕੋਟੇ 'ਚ ਦਿੱਤਾ ਸੀ ਕੋਟੇ ਸਿਸਟਮ ਜਨਰੇਸ਼ਨਾਂ ਵਿੱਚ ਐਡ ਹੁੰਦੀਆਂ ਆਈਆਂ ਲੇਕਿਨ ਇੱਕ ਫਰਕ ਸੀ ਉਸ ਵਕਤ ਉਹ ਕਮਾਂਡ ਸੀਨੀਅਰ ਕੋਲੇ ਰੱਖਦੇ ਸੀ ਉਹਦੇ ਨਾਲ ਜੂਨੀਅਰ ਜਿੰਨਾਂ ਨੂੰ ਵੀ ਲੈਣਾ ਹੈ ਚਾਹੇ ਕਿਸੇ ਕੋਟੇ 'ਚੋਂ ਲੈਣਾ ਹੈ ਜੂਥ ਹੈ ਲੇਡੀਜ਼ ਜਾਂ ਕੋਈ ਹੋਰ ਵਿੰਗ ਦੇਗੇ ਉਹ ਨਾਲ ਜੋੜ ਦਿੰਦੇ ਸੀ ਕੁਝ ਸਮੇਂ ਲਈ ਜਿਵੇਂ ਆਪਣੇ ਨਵੇਂ ਆਏ ਸੌਂਦੇ ਪਰਮਿਸ਼ਨ ਤੇ ਉਹਨਾਂ ਨਾਲ ਜੋੜ ਦਿੰਦੇ ਨੇ ਲਾਈਕ ਟ੍ਰੇਨਿੰਗ ਪੀਰੀਅਡ ਉਹ ਪਰਮਿਸ਼ਨ ਪੀਰੀਅਡ ਟ੍ਰੇਨਿੰਗ ਪੀਰੀਅਡ ਅਫੀਸਰ ਵਿੱਚ ਵੀ ਹੈਗਾ ਸਾਡੀ ਪਾਰਟੀ ਵਿੱਚ ਵੀ ਹੁੰਦੀ ਐ ਇਸੇ ਕਰਕੇ ਕਦੇ ਸਾਡੇ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਹੁਣ ਸਾਥੋ ਇਹ ਨਵੀਂ ਜਨਰੇਸ਼ਨ ਦਾ ਆਪਣਾ ਤਰੀਕਾ ਹੈਗਾ ਲੇਕਿਨ ਮੈਂ ਸਮਝਦੀ ਆ ਕਿ ਇਹਦੇ ਨਾਲ ਸਾਨੂੰ ਨੁਕਸਾਨ ਜ਼ਿਆਦਾ ਹੋਇਆ ਹੈ ਕਿ ਜਿੱਥੇ ਅਸੀਂ ਮੈਂ ਖਾਮੀ ਬਹੁਤ ਵਧੀਆ ਜੂਤ ਹੈ ਸਾਡੇ ਲੇਕਿਨ ਜੂਤ ਦੇ ਨਾਲ ਅਗਰ ਥੋੜਾ ਸੁਪਰ ਜਿਹੜਾ ਕਾਰਨ ਵਾਸਤੇ ਤੇਰਾ ਬੇਲੀ ਵੱਡੇ ਨਾਲ ਜੋੜੇ ਜਾਂਦੇ ਤਾਂ ਇਹਦਾ ਸਾਨੂੰ ਇਹਨਾਂ ਆਪਸ ਵਿੱਚ ਖਡਾਰਾ ਸ਼ਾਇਦ ਨਾ ਪੈਂਦਾ ਲਾਈਕ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਜਦੋਂ ਹੂਡਾ ਜੀ ਨੂੰ ਉਤਾਰ ਕੇ ਦੋਨੇ ਜਨ ਜਨਰੇਸ਼ਨ ਜੰਗ ਬਣਾਏ ਗਏ ਆ ਉਦੋਂ ਵੀ ਮੈਂ ਕਹਿੰਦੀ ਸੀ ਕਿ ਹੂਡਾ ਜੀ ਨੂੰ ਸਾਰਾ ਕੁਝ ਪਤਾ ਹੈ ਸਰਕਾਰ ਦੇ ਵਿੱਚੋਂ ਆਏ ਆ ਕਿੱਥੇ ਸਰਕਾਰ ਚ ਕਮੀ ਕਮਜ਼ੋਰੀ ਇਹਨਾਂ ਨੂੰ ਤੁਸੀਂ ਰੱਖੋ اپੋਜੀਸ਼ਨ ਲੀਡਰ ਇਹਨਾਂ ਦੇ ਨਾਲ ਡਿਪਟੀ ਲੀਡਰ ਲਾ ਦਿਓ ਇੱਥੇ ਵੀ ਇਵਨ ਮੇਰੇ ਭਾਵੇਂ ਕੈਪਟਨ ਮਨਿੰਦਰ ਸਿੰਘ ਨਾਲ ਡਿਫਰੈਂਸਸ ਰਹੇ ਉੱਥੇ ਮੈਂ ਕਹਿੰਦੀ ਸੀ ਕਿ ਤੁਸੀਂ ਇਹਨਾਂ ਦੇ ਨਾਲ ਆ ਪਿੱਛੇ ਜੇ ਵੀ ਜਾਂ ਤਾਂ ਪਹਿਲਾਂ ਚੇਂਜ ਕਰਦੇ ਜੇ ਹੁਣ ਨੇੜੇ ਨਿਕ ਆਫ ਦਾ ਟਾਈਮ ਕਿਸੇ ਨੂੰ ਆਪਣੇ ਜਿਹੜੇ ਨਵੇਂ ਨੂੰ ਬਣਾਓਗੇ ਉਹ ਸੁਵਾਲਣ ਦਾ ਮੌਕਾ ਹੀ ਨਹੀਂ ਮਿਲਣਾ ਉਹਨਾਂ ਟਾਈਮ ਹੀ ਨਹੀਂ ਕਿ ਉਹ ਆਪਣੇ ਪ੍ਰੋਗਰਾਮਾਂ ਨੂੰ ਲਾਗੂ ਕਰ ਸਕੇ ਤੇ ਹੁਣ ਕਰਨ ਲੱਗੇ ਹੋ ਤੁਸੀਂ ਅਜੇ ਵੀ ਨਾਚ ਡਾਇਰੈਕਟਿੰਗ ਮੈਂ ਕਿਹਾ ਸੀਗਾ ਕਿ ਹੁਣ ਕੈਪਟਨ ਨੂੰ ਐਸਟੇਜ ਤੇ ਨਾ ਬਦਲੋ ਐਸਟੇਜ ਤੇ ਭਾ ਤੁਸੀਂ ਆਪਣਾ ਨਾਲ ਡਿਪਟੀ ਸੀਐਮ ਲਾ ਦਿਓ ਤੇ ਹੋਰ ਪ੍ਰਧਾਨ ਦੇ ਵਿੱਚ ਜਕਸਤਾ ਤੇ ਚੇਂजेस ਕਰਕੇ ਜੰਗ ਬਲੱਡ ਲਾ ਦਿਓ ਨਾਲ ਨਹੀਂ ਤਾਂ ਉਹਨਾਂ ਨੂੰ ਪ੍ਰੈਕਟਿਸ ਟਾਈਮ ਤਜਰਬਾ ਹੋ ਜਾਊਗਾ ਤੇ ਨਾਲੇ ਸੀਨੀਅਰ ਦੀ ਥੋੜੀ ਜੀ ਕਮਾਂਡ ਦੇ ਵਿੱਚੋਂ ਉਹਦੇ ਨਾਲ ਸਾਡਾ ਸਾਰਾ ਉਹ ਉਹ 17 ਦਾ ਕੈਟਾਗਰੀ ਦੇ ਲੋਕਾਂ ਨੂੰ ਵੀ ਤੇ ਜੰਗ ਕੈਟਾਗਰੀ ਦੇ ਲੋਕਾਂ ਨੂੰ ਦਰਨਾ 控制 ਕਰ ਸਕਦੇ ਨੇ ਇਲੈਕਸ਼ਨ ਤੋਂ ਲਾਸਟ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਕਰ ਰਹੇ ਤੁਸੀਂ ਜਦੋਂ ਉਤਾਰਿਆ ਕੈਪਟਨ ਨੂੰ ਉਤਾਰੇਗਾ ਸੀ ਤੁਸੀਂ ਹਾਈ ਕਮਾਂਡ ਨੂੰ ਇਹ ਸੁਝਾਤਾ ਸੀ ਬਿਲਕੁਲ ਸਾਡੀ ਹਾਈ ਕਮਾਂਡ ਦੀ ਇੱਕ ਕਮੇਟੀ ਬਣੀ ਸੀ ਤੇ ਮੈਂ ਮੈਂਬਰੀ ਸਾਰੀ ਸਾਡੀ ਸਟੇਟ ਜਾ ਕੇ ਮਿਲੀ ਸੀ ਉੱਥੇ ਮੈਂ ਇਨ ਰਾਈਟਿੰਗ ਕਿਹਾ ਸੀ ਕਿ ਆਈ ऍम ਨਾਟ ਇਨ ਫ ਕਿ ਐਸਾ ਸਿਧੇ ਚੇਤੇ ਕੋਈ ਦਿੱਲੀ ਹੋਵੇ ਮੈਂ ਸੋਚਿਆ ਸੀ ਸੁਝਾਸ਼ਨ ਦਿੱਤੀਆਂ ਸੀ ਆ ਕਿ ਕੋਈ ਕੋਆਰਡੀਨੇਸ਼ਨ ਕਮੇਟੀ ਬਣਾ ਦਿਓ ਉਹ ਚ ਜੰਗ ਦਾ ਤੇ ਆਪਣੇ 올ਡিজ ਦਾ ਇੱਕ ਗਰੁੱਪਾਂ ਸੱਤ ਮੈਂਬਰੀ ਕਮੇਟੀ ਬਣਾ ਕੇ ਉਹ ਕੋਆਰਡੀਨੇਟ ਕਰੇ ਪਾਰਟੀ ਨੂੰ ਵੀ ਤੇ ਉਹਨਾਂ ਨੂੰ ਤੇ ਇਹਨਾਂ ਨੂੰ ਰੱਖ ਕੇ ਇਹਨਾਂ ਦੇ ਨਾਲ ਤੁਸੀਂ ਐਕਟਿਵਲੀ ਹੋਰ ਲਾ ਦਿਓ ਨਾਲ ਬੰਦੇ ਮੈਂ ਰਾਈਟਿੰਗ ਦੇਖਾਈ ਸੀ ਔਰ ਉਸ ਤੋਂ ਬਾਅਦ ਵੀ ਇਲੈਕਸ਼ਨ ਤੋਂ ਬਾਅਦ ਮੈਂ ਜਦੋਂ ਮਿਲੀਆਂ ਸੋਰੀਆਂ ਜਿਨ ਰਿਜ਼ਲਟ ਮਿਲਣ ਤੋਂ ਪਹਿਲਾਂ ਉਦੋਂ ਮੈਂ ਗੱਲ ਕਹੀ ਸੀ ਮੈਡਮ ਐਨ ਰਾਈਟਿੰਗ ਇਹ ਦਿੱਤਾ ਸੀਗਾ ਤੇ ਉਸ ਵਕਤ ਜੇ ਆਹ ਹੁੰਦਾ ਉਹ ਕਹਿੰਦੇ ਹਾਂ ਉਹਨਾਂ ਨੇ ਐਗਰੀ ਕੀਤਾ ਕੀ ਇਹ ਦੇ ਵਿੱਚ ਦੂਸਰੀ ਮੈਮ ਸਵਾਲ ਇਥੇ ਨਾਲ ਜੁੜਦਾ ਕਿ ਸੋਨੀਆ ਗਾਂਧੀ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਲਾਉਣ ਦੇ ਵਿੱਚ ਤਿਆਰ ਨਹੀਂ ਸੀ ਜੋ ਖਬਰ ਮਿਲੀ ਸੀ ਪ੍ਰਿਯੰਕਾ ਗਾਂਧੀ ਔਰ ਰਾਹੁਲ ਗਾਂਧੀ ਦੇ ਵੱਲੋਂ ਸੋਨੀਆ ਗਾਂਧੀ ਨੂੰ ਫੋਰਸ ਕੀਤਾ ਗਿਆ ਇਸੇ ਲਈ ਅਦਰਵਾਈਜ਼ ਪਹਿਲੀ ਚੁਆਇਸ ਨਵਜੋਤ ਸਿੰਘ ਸਿੱਧੂ ਸੋਨੀਆ ਗਾਂਧੀ ਦੀ ਨਹੀਂ ਰਹੇ ਦੇਖੋ ਇਹ ਇੰਟਰਨਲ ਮਾਮਲਾ ਹੈਗਾ ਨਾ ਤੁਸੀਂ ਆਪਾਂ ਅੰਦਾਜ਼ੇ ਤੇ ਤਖਾਜ਼ੇ ਦੀ ਗੱਲ ਕਰ ਸਕਦੇ ਹਾਂ ਨਾ ਮੈਨੂੰ ਕਰਨਾ ਚਾਹੀਦੀ ਇਸ ਤਰ੍ਹਾਂ ਦੀ ਗੱਲ ਮੈਨੂੰ ਨਹੀਂ ਪਤਾ ਲੇਕਿਨ ਜੋ ਕੁਝ ਵੀ ਹੋਵੇ ਜਿਸ ਤਰ੍ਹਾਂ opinion ਅੱਡ-ਅੱਡ ਹੁੰਦੀ ਹੈ ਲੇਕਿਨ ਫਾਈਨਲ ਜਿਹੜੀ ਸਟੇਜ ਹੈ ਜੇ ਉਹਨਾਂ ਦੀ ਰਾਹੁਲ ਜੀ ਦੀ ਕੀ ਪ੍ਰਿਅੰਕ ਜੀ ਦੀ ਕੀ ਜਾਂ ਹੋਰ ਕਿਸੇ ਲੀਡਰ ਦੀ opinion ਕੀ ਹੈਗੀ ਹੈ ਸੋਨੀਆ ਜੀ ਦੀ ਕੀ ਸੀ ਉਹ ਵੱਖਰਾ ਮਾਮਲਾ ਹੈ ਉਹਦੇ ਵਿੱਚ ਫਾਈਨਲ ਫਿਰ ਉਹੀ ਹੁੰਦਾ ਕਿ ਜਦੋਂ ਹੋ ਜਾਂਦਾ ਮੈਜੋਰਟੀ ਦੇ ਨਾਲ ਫਿਰ ਉਸ ਤੋਂ ਬਾਅਦ ਫਿਰ ਉਹ ਮੋਰ ਲੱਗ ਜਾਂਦੀ ਹੈ ਚਾਹੇ ਉਹ ਹੈਡ ਚਾਹੁੰਦਾ ਹੋਵੇ ਜਾਂ ਨਾ ਚਾਹੁੰਦਾ ਹੋਵੇ ਜਿਵੇਂ ਮੈਂ ਇਸ ਵਾਰ ਹੁਣ ਸੀਨੀਅਰ ਲੀਡਰਸ਼ਿਪ ਨੂੰ ਜਿਵੇਂ ਸੁਨੀਲ ਜਾਖੜ ਜਿਸ ਤਰੀਕੇ ਦੇ ਨਾਲ ਬਿਆਨ ਦੇ ਰਹੇ ਸੀਗੇ ਸੁਨੀਲ ਜਾਖੜ ਦੀ ਗੱਲ ਕਰੀਏ ਆਪਾਂ ਤ੍ਰਿਪਤ ਰਜਿੰਦਰ ਬਾਜਵਾਦੀ ਦੀ ਗੱਲ ਕਰ ਲਈਏ ਸੁਸ਼ੇਂਦਰ ਰੰਧਾਵਾ ਦੀ ਗੱਲ ਕਰ ਲਈਏ ਚੰਨਜੀਤ ਸਿੰਘ ਚੰਨੀ ਸੀ ਨਵਜੋਤ ਸਿੰਘ ਸਿੱਧੂ ਸੀ ਹੋਰ ਵੀ ਕਈ ਸੀਨੀਅਰ ਲੀਡਰ ਨੇ ਤਾਂ ਉਹਨਾਂ ਨੂੰ ਸਾਰਿਆਂ ਨੂੰ ਸਾਈਡ ਲਾਈਨ ਕਰ ਦਿੱਤਾ ਗਿਆ ਔਰ ਨਵੇਂ ਜਿਹੜੇ ਚਿਹਰੇ ਨੇ ਕਿ ਸਿਰਫ ਪ੍ਰਤਾਪ ਸਿੰਘ ਬਾਜਵਾ ਜਿਹੜੇ ਸੀਨੀਅਰ ਨਹੀਂ ਪਹਿਲਾਂ ਉਹਨਾਂ ਕੋਲ ਤਜਰਬਾ ਹੈਗਾ ਉਹਨਾਂ ਨੂੰ ਲੀਡਰ ਆਫ ਓਪੋਜੀਸ਼ਨ ਲਗਾਇਆ ਗਿਆ ਤਾਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਇਹ ਨਵੀਂ ਟੀਮ ਖੜੀ ਕੀਤੀ ਗਈ ਆ ਨਵੇਂ ਜਿਹੜੇ ਟੀਮ ਦੇ ਕਪਤਾਨ ਖੜੇ ਕੀਤੇ ਗਏ ਨੇ ਜੋ ਆਪਸੀ 카ਟੋਕਲੇਸ਼ਾ ਜੋ ਸਭ ਕੁਝ ਚੱਲ ਰਿਹਾ ਉਹ ਸਹੀ ਹੋ ਜਾਏਗਾ। ਜਾਂ ਇਹ ਸਮਰਥਨ ਨਹੀਂ ਕਿਉਂਕਿ ਤੁਸੀਂ ਕਿਹਾ ਕਿ ਪਹਿਲਾਂ ਤੋਂ ਕਲਚਰ ਰਿਹਾ ਕਿ ਸੀਨੀਅਰ ਦੇ ਨਾਲ ਜੂਨੀਅਰ ਲਗਾਇਆ ਜਾਂਦਾ ਸੀ ਪਰ ਇਸ ਵਾਰ ਰਾਜਾ ਵੜਿੰਗ ਤੋਂ ਸੀਨੀਅਰ ਬਹੁਤ ਵੱਡੇ ਲੀਡਰ ਬੈਠੇ ਨੇ ਤਾਂ ਹੁਣ ਉਹ ਚੁੱਪ ਰਹਿਣਗੇ। ਹੁਣ ਉਸ ਤਰੀਕੇ ਦੇ ਨਾਲ ਬਿਆਨਬਾਜ਼ੀ ਨਹੀਂ ਹੋਏਗੀ। ਦੇਖੋ ਮੈਂ ਆਪਣੀ opinion ਦੇ ਮੁਤਾਬਕ ਜੋ ਦੱਸਿਆ ਹੈ ਤੇ ਜੋ ਫੈਸਲਾ ਹੋਇਆ ਫੈਸਲਾ ਹਾਈ ਕਮਾਂਡ ਨੇ ਕਰਨਾ ਪਰ ਉਹ ਗੱਟੇ ਵਾ ਹੋਇਆ ਹੋਏਗਾ। ਪਿਛਲੇ ਐਕਸਪੀਰੀਅੰਸ ਦੱਸਿਆ ਕਿ ਹੁੰਦੇ ਰਹੇ ਤੇ ਕੀ ਹੋਣੇ ਚਾਹੀਦੇ ਸੀ ਮੈਂ ਆਪਣੀ opinion ਵੀ ਉਸ ਦੇ ਕੇ ਆਈ ਸੀਗੀ ਇਸ ਲਈ ਜਿਹੜੀ ਵੀ ਅਸੀਂ ਆਮ ਸਮਝਦੇ ਆ ਕਿ ਸਾਡੀ ਮੈਂ ਪਹਿਲਾਂ ਕਿਹਾ ਕਿ ਚੰਗੇ ਸਾਡੇ ਬੰਦੇ ਲੀਡਰ ਬੈਠੇ ਹੈਗੇ ਆ ਅੱਜ ਵਕਤ ਇਹ ਹੈਗਾ ਕਿ ਬੜੀ ਅਸੀਂ ਥਾਰੋ ਲਈ ਸਿਰ ਜੋੜ ਕੇ ਬੈਠੀਏ ਆਪ ਮੁਹਾਰੇ ਗੱਲ ਵੱਧ ਗਈ ਕਿ ਈਗੋ ਟਾਈਪ ਕਹਿ ਦਿੱਤਾ ਆਪ ਆ ਗਿਆ ਕਿ ਜੋ ਮੈਂ ਆ ਮੈਂ ਬਣ ਗਿਆ ਬਸ ਠੀਕ ਹੈ ਪਹਿਲਾਂ ਵਾਲਾ ਕਲਚਰ ਥੋੜਾ ਖਤਮ ਹੋ ਦੂਸਰੇ ਪਾਸੇ ਤੁਸੀਂ ਜ਼ਿਕਰ ਕੀਤਾ ਕਿ ਜਿਹੜੇ ਤੁਸੀਂ ਪਹਿਲਾਂ ਸਲਾਹ ਦਿੱਤੀ ਸੀ ਰਟਨ ਦੇ ਵਿੱਚ ਦੇ ਕੇ ਆਏ ਸੀ ਕਿ ਉਸ ਵੇਲੇ ਤੁਸੀਂ ਕੈਪਟਨ ਮੋਰਿੰਦਰ ਸਿੰਘ ਲਾਉਣ ਦੇ ਹੱਕ ਵਿੱਚ ਨਹੀਂ ਸੀ ਹੁਣ ਜਦੋਂ ਨਵੇਂ ਪ੍ਰਧਾਨ ਦੀ ਚੋਣ ਹੋਈ ਆ ਕੀ ਤੁਹਾਡੇ ਸੀਨੀਅਰ ਲੀਡਰਾਂ ਦੀ ਤੁਹਾਡੀ ਹੁਣ ਕੋਈ ਰਾਏ ਲਈ ਗਈ ਸੀ ਜਾਂ ਸਿੱਧਾ ਇੱਕ ਤਰਫਾ ਡਿਸੀਜਨ ਸੀ ਨਹੀਂ ਇਹਦੇ ਬਾਰੇ ਬਲਕਿ ਮੈਂ ਸਮਝਦੀ ਆ ਕਿ ਜ਼ਰੂਰ ਮੀਟਿੰਗ ਕਰ ਲੈਣੀ ਚਾਹੀਦੀ ਸੀ ਸਾਰੀ ਲੀਡਰਸ ਨਾਲ ਕਿੱਥੇ ਕਮੀ ਰਹੀ ਕਿਉਂਕਿ ਇਹਦੇ ਵਿੱਚ ਤਕਰੀਬਨ ਚਾਹੇ ਸਾਡੇ ਆਪਣੇ ਜਿਹੜੇ ਕਈ ਉਮੀਦਵਾਰ ਸੀ ਉਹਨਾਂ ਨੂੰ ਬੁਲਾਇਆ ਜਾਂਦਾ ਮੈਨੂੰ ਨਹੀਂ ਪਤਾ ਦੂਜਿਆਂ ਨੂੰ ਬੁਲਾਇਆ ਨਹੀਂ ਬੁਲਾਇਆ ਬੁਲਾ ਲਿਆ ਜਾਂਦਾ ਜਿੰਨੇ 8 10 12 ਹੈਗੇ ਸੀ ਸੀਨੀਅਰ ਲੈਟਰ ਬੁਲਾ ਕੇ ਇੱਕ ਉਹਨਾਂ ਦੀ ਕੋਈ ਵੀ ਰਿਪਰੈਜ਼ੈਂਟੇਟਿਵ ਉੱਥੇ ਬੈਠਦਾ ਗੱਲ ਸੁਣਦਾ opinion ਲੈ ਲੈਂਦੇ ਔਰ ਉਹ ਸੋਚ ਵਿਚਾਰ ਕੇ ਆਪਣੀ ਰਾਏ ਦੇ ਦਿੰਦੇ ਅੱਛਾ ਅੱਛਾ ਹੋਰ ਵੀ ਅੱਛਾ ਲੱਗਦਾ ਇਹਦੇ ਵਿੱਚ ਇੱਕ ਤਾਂ ਕੰਸਰਨ ਸਾਨੂੰ ਪੁੱਛਿਆ ਗਿਆ ਸੋ ਇਸ ਕਰਕੇ ਇਹਦੇ ਵਿੱਚ ਇੱਕ ਰਿਸਪੈਕਟ ਹੁੰਦੀ ਹੈਗੀ ਹੈ ਇਹ ਥੋੜੀ ਜੀ ਜਿਸ ਤ ਸਮਝੇ ਕਿ ਤੌਰ ਤਰੀਕੇ ਜਿਹੜੇ ਨਵੇਂ ਆਉਂਦੇ ਆ ਇਦੇ ਨਾਲ ਜਿਆਦਾ ਆ ਜਿਆਦਾ ਵਲ ਨਹੀਂ ਮਿਲਦਾ ਕੋਈ ਬਰੀ ਕਮੀ ਰਹਿ ਜਾਂਦੀ ਹੈ ਉਹਦੇ ਤੇ ਫਿਰ ਸਾਨੂੰ ਜਿਆਦਾ ਜੌਸ਼ ਚੁਣਾ ਪੈਂਦਾ ਹੈ ਬਾਰ-ਬਾਰ ਮੀਟਿੰਗਾਂ ਕਰਨੀਆਂ ਪੈਂਦੀਆਂ ਹਨ ਔਰ ਜਿਸ ਤਰੀਕੇ ਨਾਲ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਤੇ ਉਸ ਵੇਲੇ ਵੀ ਮੈਂ ਇਹਨਾਂ ਨੂੰ ਕਹਿਇਆ ਸੀ ਕਿ ਇਹ ਸਾਰੀ ਚੀਜ਼ ਉਸ ਤੋਂ ਪਹਿਲਾਂ ਜਦੋਂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਕਹਿ ਕੇ ਕਿ ਆਹ ਕਰਨੀ ਪੈਣੀ ਹੈ ਇਸ ਤਰ੍ਹਾਂ ਕਰਾਂਗੇ ਤੁਹਾਨੂੰ ਆ ਥੋੜਾ ਸੈਕਰੀਫਾਈਸ ਕਰਨਾ ਪੂ ਸਾਰਾ ਉਹਨਾਂ ਨੂੰ ਕੌਨਫੀਡੈਂਸ ਚ ਲੈ ਕੇ ਇਹ ਗੱਲ ਕੀਤੀ ਜਾਵੇ ਤਾਂ ਜਿਆਦਾ ਚੰਗੀ ਹੁੰਦੀ ਹੈਗੀ ਹੈ ਸੋ ਇਹ ਤਰੀਕੇ ਸਾਡੇ ਹੋਰ ਸੀ ਹੋਰ ਸਿਸਟਮ ਸੀਗੇ ਅਸੀਂ ਤਾਂ ਸਿੱਖੇ ਸੀ ਗਿਆਨੀ ਜੈਲ ਸਿੰਘ ਉਹਨਾਂ ਤੋਂ ਦਰਵਾਰਾ ਸਿੰਘ ਉਹਨਾਂ ਤੋਂ ਬੈਂਤ ਸਿੰਘ ਉਹਨਾਂ ਤੋਂ ਅਸੀਂ ਉਹ ਸਿੱਖੇ ਸੀ ਜਿਹੜੇ ਚੱਲਦੇ ਆਏ ਆ ਤੇ ਹੁਣ ਅੱਜ ਸਾਡੇ ਜਿਹੜੇ ਹੈਗੇ ਆ ਉਹ ਕਈ ਕਈ ਵਾਰੀ ਸਾਡੀਆਂ ਦੂਸਰੀਆਂ ਪਾਰਟੀਆਂ ਚੋਂ ਵੀ ਕਈ ਸਾਡੇ ਸਾਡੇ ਭਰਾ ਆਉਂਦੇ ਆ ਤੇ ਇਸ ਕਰਕੇ ਇਹ ਸਾਰਾ ਕਾਂਗਰਸ ਪਾਰਟੀ ਦਾ ਜੇ ਕਲਚਰ ਹੈਗਾ ਤੁਸੀਂ ਤੁਸੀਂ ਮੈਂ ਇੱਕ ਗੱਲ ਹੋਰ ਮੰਨਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਚਲੋ ਥੋੜੇ ਟਾਈਮ ਲਈ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਲਗਾਇਆ ਗਿਆ ਸੀ ਔਰ ਫਿਰ ਤੋਂ ਚਿਹਰਾ ਬਣੇ ਸੀ ਕਿ ਇਹ ਚਰਨਜੀਤ ਸਿੰਘ ਚੰਨੀ ਬਣੇ ਸੀ ਜਿਵੇਂ ਤੁਸੀਂ ਜ਼ਿਕਰ ਕੀਤਾ ਤਾਂ ਲੱਗਦਾ ਨਹੀਂ ਸੀ ਕਿ ਇੱਕ ਵਾਰ ਘੱਟੋ ਘਾਟ ਜਿਨ੍ਹਾਂ ਨੂੰ ਤੁਸੀਂ ਕੁਰਸੀ ਤੋਂ ਉਤਾਰ ਰਹੇ ਹੋ ਉਹਨਾਂ ਨੂੰ ਬੁਲਾ ਕੇ ਇੱਕ ਇੱਕ ਇੰਟਰੈਕਸ਼ਨ ਕਰ ਲਈ ਜਾਵੇ ਕਿ ਮੀਟਿੰਗ ਕਰ ਲਈ ਜਾਵੇ رائے ਲੈਣਾ ਚਾਹੀਦਾ ਸੀ ਇਸ ਦਾ ਬੈਡ ਇਮੈਕਟ ਪੈ ਸਕਦਾ कि जिस तरीके दे नाल कोर्स तो लाया ਏ ਔਰ ਉਸ ਤੋਂ ਬਾਅਦ ਕਿਸੇ ਨਾਲ ਮੀਟਿੰਗ ਨਹੀਂ ਕੀਤੀ ਪੁੱਛੇ ਨਹੀਂ ਗਿਆ ਔਰ ਨਵਾਂ ਸਰਦਾਰ ਲਿਆ ਕੇ ਸਿਰ ਤੇ ਬਿਠਾਤਾ ਇੱਕ ਹੋਰ ਦੇਖੋ ਮੈਂ ਤਾਂ ਜਿਸ ਤਰ੍ਹਾਂ ਕਿਹਾ ਸੀਗਾ ਤਾਂ ਇਹ ਕੈਪਟਨ ਦੀ ਗੱਲ ਹੈ ਚਾਹੇ ਉਹ ਪਾਰਟੀ ਪ੍ਰਧਾਨ ਦੀ ਗੱਲ ਹੈ ਸਿੱਧੂ ਦੀ ਇਹਨਾਂ ਕੈਪਟਨ ਸਾਹਿਬ ਨੂੰ ਕਿਹਾ ਸੀਗੇ ਜਦੋਂ ਇਹ ਚਰਚਾ ਚੱਲ ਰਹੀ ਹੈ ਤੁਸੀਂ ਖੁਦ ਜਾਓ 소ਨੀਆ ਜੀ ਨੂੰ ਕਹੋ ਕਿ ਜੀ ਮੈਂ ਬਹੁਤ ਮਿਹਰਬਾਨੀ ਤੁਹਾਡਾ ਤੁਹਾਡੀ ਮੰਨਤਾ ਲਓ ਦੱਸੋ ਮੈਂ ਕੀ ਕਰ ਸਕਦਾ ਔਰ ਤੁਹਾਡਾ ਇਹੀ ਫਰਜ਼ ਬਣਦਾ ਤੁਹਾਨੂੰ ਸਭ ਤੋਂ ਵੱਡਾ ਮੌਕਾ ਮਿਲਿਆ ਜੋ ਉਹ ਕਰਨਾ ਚਾਹੁੰਦੇ ਆ ਉਹਨੂੰ ਖੂਬਸੂਰਤੀ ਨਾਲ ਆਪਣੇ ਹੱਥਾਂ ਨਾਲ ਕਰਵਾਓ ਕੋਧਜਾ ਵੇਥੇ ਜੋ ਸੀ ਲਿਪੀ ਦੀ ਮੀਟਿੰਗ ਬੁਲਾਈ ਹੈ ਤੇ ਆਪ ਹੀ ਬੰਦੇ ਦਾ ਨਾਮ ਪ੍ਰਪੋਜ਼ ਕਰੋ ਜਿਹੜਾ ਬਟਾਉਣਾ ਚਾਹੁੰਦੇ ਆں। ਇਹੀ ਪ੍ਰਧਾਨਗੀ ਵੇਲੇ ਸਾਡੇ ਉਸ ਵਕਤ ਹਰੀਸ਼ ਰਾਵਾ ਜੀ ਸੀਗੇ। ਸੋ ਉਹਦੇ ਵਿੱਚ ਮੈਂ ਸਮਝਦੀ ਸੀ ਵੀ ਇੱਕ ਪਹਿਲਾਂ ਜਾ ਰਹੇ ਆਂ ਦੂਜਾ ਪ੍ਰਧਾਨ ਜਿਹੜਾ ਲੋੜਾਂ ਪਿੱਛੇ ਹਟਿਆ ਰਹੇ ਬੈਠਾ ਹੈ ਉਹ ਪ੍ਰੋਪਰ ਆਰਗੇਨਾਈਜ਼ ਨਹੀਂ ਕੀਤਾ ਵਾ। ਇੱਕ ਦਿਨ ਪਹਿਲਾਂ ਆ ਕੇ ਸਾਡੀ ਸੈਂਟਰਲ ਲੀਡਰਸ਼ਿਪ ਚਾਹੇ ਇੰਚਾਰਜ ਸੀ ਔਰਾਵਤ ਜੀ ਜਾਂ ਕੋਈ ਵੀ ਪਹਿਲਾਂ ਆ ਕੇ ਸਾਰੇ ਲੀਡਰਾਂ ਨੂੰ ਬੁਲਾਉਂਦੇ ਕੱਪ ਆਫ ਟੀ ਤੇ ਉਹ ਜਾਣ ਵਾਲੇ ਪ੍ਰਧਾਨ ਨੂੰ ਵੀ ਬਣਨ ਵਾਲੇ ਪ੍ਰਧਾਨ ਨੂੰ ਵੀ ਅੱਛੇ ਤਰੀਕੇ ਨਾਲ ਇਕੱਠੇ ਇੱਕੋ ਗੱਡੀ ਚ ਜਾਂ ਇਹ ਥੋੜੀਆਂ ਜਿਹੀਆਂ ਚੀਜ਼ਾਂ ਕਟਸੀ ਹੁੰਦੀਆਂ ਕਟਸੀ ਵਿੱਚ ਰਿਸਪੈਕਟ ਹੁੰਦੀ ਹੈ ਉਹਦੇ ਨਾਲ ਐਟਮੋਸਫੇਅਰ ਅੱਛਾ ਬਣ ਜਾਂਦਾ ਹੈ ਇਹਦੀ ਕਿਤੇ ਨਾ ਕਿਤੇ ਲਾਇਕ ਮੈਨੂੰ ਨਜ਼ਰ ਆਈ ਹੈ ਦੂਸਰਾ ਮੈਮ ਤੁਸੀਂ ਮੰਨਦੇ ਨਹੀਂ ਕਿ ਸਲਾਹ ਦਾ ਕੋਈ ਮੁੱਲ ਨਹੀਂ ਹੁੰਦਾ ਕਹਿੰਦੇ ਨੇ ਕਿ ਬੰਦਾ ਇੱਕ ਵਾਰ ਗਲਤੀ ਕਰਦਾ ਤਾਂ ਠੋਕਰ ਖਾ ਕੇ ਸਿੱਖਦਾ ਜੇਕਰ ਨਾ ਸਿੱਖੇ ਤਾਂ ਉਸ ਦਾ ਖਾਮਿਆਜ਼ਾ ਭੁਗਤਣਾ ਪੈਂਦਾ ਤੇ ਵਾਰ-ਵਾਰ ਲੀਡਰਸ਼ਿਪ ਬੋਲੋ ਤਾਂ ਲੱਗਦਾ ਨਹੀਂ ਕਿ ਗਲਤੀ ਕੀਤੀ ਜਾ ਰਹੀ ਹੈ ਜਿਹੜੀ ਚੀਜ਼ ਇੱਕ ਵਾਰ ਹੋ ਗਈ ਉਸ ਨੂੰ ਗਲਤੀਆਂ ਤੋਂ ਵਿੱਚੋਂ ਸਿੱਖਣ ਦੀ ਜ਼ਰੂਰਤ ਹੈ ਜੋ ਪਹਿਲਾਂ ਕਲਚਰ ਸੀ ਉਹ ਖਤਮ ਹੁੰਦਾ ਜਾ ਰਿਹਾ ਔਰ ਤੁਹਾਨੂੰ ਦੂਜੇ ਬਸ ਇਹ ਨਹੀਂ ਲੱਗਦਾ ਕਿ ਤੁਹਾਨੂੰ ਇਸ ਮਾਮਲੇ ਦੇ ਵਿੱਚ ਥੋੜੀ ਬਹੁਤ ਦਖਲਅੰਦਾਜ਼ੀ ਦੇਣੀ ਚਾਹੀਦੀ ਸੀ ਕਿ ਨਹੀਂ ਕਿਉਂਕਿ ਤੁਸੀਂ ਪੰਜਾਬ ਨੂੰ ਬਿਲੋਂਗ ਕਰਦੇ ਹੋ ਇੱਥੇ ਦੇ ਹਾਲਾਤ ਦਾ ਔਰ ਲੀਡਰਸ਼ਿਪ ਸੀਨੀਅ ਦੇਖੋ ਪਿੱਛੇ ਕੱਲ ਹੀ ਸ਼ਾਇਦ ਪਰਸੋ ਸੈਸ਼ਨ ਪਾਰਲੀਮੈਂਟ ਦਾ ਖਤਮ ਹੋਇਆ ਮੈਂ ਸਮਝਦੀ ਸੀ ਕਿ ਕਦੇ ਦਿਨ ਦੇ ਵਿੱਚ ਜਾਂ ਉੱਥੋਂ ਕੋਈ ਬੁਲਾਉਂਦੇ ਆ ਜਾਂ ਅਸੀਂ ਮੈਂ ਵੀ ਆਪਣਾ ਜਾਣਾ ਸੀਗਾ ਕਿ ਜਾਣੇ ਜਾ ਕੇ ਮਿਲਾਂਗੇ ਸਾਰਾ ਪੁੱਛ ਕੇ ਕੀ ਕਰਨਾ ਹੈ ਚੇਂਜ ਕਰਨੀ ਹੈ ਨਹੀਂ ਕਰਨੀ ਹੈ ਕੀ ਕਰਨਾ ਸਾਰੀ ਮਿਲੂੰਗੀ ਮੈਂ ਲੇਕਿਨ ਉਹ ਇੱਕਦਮ ਡਿਸੀਜਨ ਲੈ ਹੀ ਲਿਆ ਉਹਨਾਂ ਨੇ ਅਜੇ ਨਾ ਤਾਂ ਉਹ ਸੈਸ਼ਨ ਖਤਮ ਹੋਣ ਤੋਂ ਬਾਅਦ ਕੋਈ ਵਕਤ ਸੀ ਸੈਸ਼ਨ ਵਿੱਚ ਚੱਲਦੇ ਐ ਸਵੇਰ ਤੋਂ ਸ਼ਾਮ ਤੱਕ ਉਹ ਹੁੰਦੇ ਨਹੀਂ ਇਹਨਾਂ ਨੇ ਜਾਂ ਪਹਿਲਾਂ ਕੀ ਜਿਹਨਾਂ ਡਿਸਕਸ ਕੀਤਾ ਆਪਸੀ ਕੀਤਾ ਸੈਸ਼ਨ ਖਤਮ ਹੁੰਦੇ ਹੀ ਦੂਜੇ ਦਿਨ ਇਹ ਚੇਂਜ ਲਾਤੀ ਛੇਤੀ ਇਹ ਸਮਝਦੇ ਹੋਣਗੇ ਕਿ ਆਪਸ ਵਿੱਚ ਸਾਰੇ ਖਾਲੀ ਪਏ ਨੇ ਸਟੇਟਾਂ ਸੋ ਜੋ ਹੋਇਆ ਹੋ ਗਿਆ ਲੇਕਿਨ ਥੋੜਾ ਮੋਟਾ ਖੂਬਸੂਰਤੀ ਨਾਲ ਹੋ ਜਾਂਦਾ ਚੰਗਾ ਹੋ ਜਾਂਦਾ ਹਾਂ ਵਿਚਾਰ ਕੇ ਹੋ ਜਾਂਦਾ ਠੀਕ ਸੀ ਪਟਲ ਜੀ ਤੁਸੀਂ ਹੁਣ ਅੱਜ ਦੀ ਸਥਿਤੀ ਦੇ ਵਿੱਚ ਕੀ ਦੇਖਦੇ ਹੋ ਕਾਂਗਰਸ ਦਾ ਜਿਹੜਾ ਮਿਆਰ ਦੇਖੀਏ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਰਹੇ ਨੇ ਜਿਵੇਂ ਪਿਛਲੇ 6 ਮਹੀਨੇ ਨੰਗੇ ਨੇ ਕੀ ਹੁਣ ਸਭ ਕੁਝ ਸਹੀ ਹੋ ਜਾਏਗਾ ਕੀ ਇੱਕ ਵਧੀਆ ਪਾਰਟੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਮੇਸ਼ਾ ਕਾਂਗਰਸ ਦਾ ਬੋਲਬਾਲਾ ਰਿਆ ਕੀ ਉਹ ਭੁਵਿੱਖ ਅਗੇ ਨਜ਼ਰ ਆ ਰਿਹਾ ਜਾਂ ਫਿਰ ਧੁੰਦਲਾ ਪੈਂਦਾ ਜਾ ਰਿਹਾ ਇੱਕ ਬਹੁਤ ਵੱਡੇ ਆਪਰੇਸ਼ਨ ਦੀ ਲੋੜ ਪੈਣੀ ਹੈ ਸਿਆਸੀ ਆਪਰੇਸ਼ਨ ਜਿਹਨੂੰ ਇਸੇ ਕਹਿੰਦੇ ਆ ਉਹਦੇ ਵਿੱਚ ਜਿਹਨੂੰ ਪੂਰੀ ਸਰਚ ਕਰਕੇ ਪੂਰਾ ਦੇਖ ਕੇ ਕਿੱਥੇ ਕਮੀਆਂ ਕਿੱਥੇ ਪੇਸ਼ੀਆਂ ਕੋ ਬਹੁਤ ਵੱਡਾ ਹਿਰਦਾ ਰੱਖ ਕੇ ਬੜੇ-ਬੜੇ ਵੱਡੇ ਜ਼ਿੰਮੇਵਾਰੀਆਂ ਸਾਰਿਆਂ ਨੂੰ ਵੰਡ ਕੇ ਦੇਖ ਕੇ ਲਾ ਕੇ ਇਸ ਸਮੇਂ ਦੇ ਵਿੱਚ ਜਿਹੜੀਆਂ ਨਗੀਆਂ ਕਿ ਦੁਰਸਤੀ ਕਰਨ ਵਾਸਤੇ ਕਿਵੇਂ ਕੀਤਾ ਜਾ ਸਕੇ ਜਿਹੜੀ ਕਾਂਗਰਸ ਅ ਬਿਆਨ ਸਿੰਘ ਜੀ ਵੇਲੇ ਤੱਕ ਕਹਿ ਲੋ ਉਸ ਤੋਂ ਬਾਅਦ ਬਰਾੜ ਸਾਬ ਆਏ ਜਿਵੇਂ ਮੇਰੇ ਮੇਰੇ ਤੱਕ ਵੀ ਲੋ ਅੱਜ ਤੱਕ ਤੁਸੀਂ ਬਿਆਨ ਸਿੰਘ ਦੇਖੋ ਤੁਸੀਂ ਗਿਆਨੀ ਜੈਲ ਸਿੰਘ ਦੇਖੋ ਦਰਵਾਰਾ ਸਿੰਘ ਦੇਖੋ ਜਾਂ ਮੈਨੂੰ ਦੇਖੋ ਉਸ ਵਕਤ ਦੀ ਜਿਹੜੀ ਲੀਡਰਸ਼ਿਪ ਸੀ ਸਾ ਤੋਂ ਪਹਿਲਾਂ ਵਾਲੇ ਵੀ ਹੋਣਗੇ ਮੈਨੂੰ ਨਹੀਂ ਪਤਾ ਅਸੀਂ ਸਾਡੇ ਸਾਰਿਆਂ ਦੀ ਅਸੀਂ ਆਪਣੀ ਧਿਆਨਦਾਰੀ ਤੇ ਇਮਾਨਦਾਰੀ ਨੂੰ ਰੱਖਿਆ ਵਾਸਤੇਗਾ ਅੱਜ ਤੱਕ ਇਹ ਸਾਰੇ ਜਿਹੜੇ ਲੀਡਰ ਇਨਕਲੂਡਿੰਗ ਮੀ ਅਸੀਂ ਕਿਸੇ ਨੇ ਆਪਣਾ ਚੰਡੀਗੜ੍ਹ ਚ ਘਰ ਨਹੀਂ ਬਣਾਇਆ ਸਾਰਿਆਂ ਨੇ ਸਾਰੀਆਂ ਸਾਰੀਆਂ ਉਮਰਾਂ ਦੇ ਦਿੱਤੀਆਂ ਪਾਰਟੀਆਂ ਚ ਰਹੇ ਸਰਕਾਰਾਂ ਚ ਰਹੇ ਰੰਧਾਵਾ ਸਾਹਿਬ ਨੂੰ ਵਿੱਚ ਲੈ ਲਓ ਤੁਸੀਂ ਵੱਡੇ ਰੰਧਾਵਾ ਸਾਹਿਬ ਦੀ ਗੱਲ ਕਰਦਿਆਂ ਮੈਂ ਇਹ ਸਾਰੀਆਂ ਚ ਜ਼ਿੰਦਗੀਆਂ ਲਾ ਕੇ ਅਸੀਂ ਆਪਣੇ ਲਈ ਨਹੀਂ ਕਦੇ ਸੋਚਿਆ ਨਾ ਪਾਰਟੀ ਆਪਣੀ ਦੀ ਵਰਤੀ ਹੈ ਉਦੋਂ ਪਾਰਟੀ ਲਈ ਵਰਤੇ ਜਾਂਦੇ ਸੀ ਲੋਕ ਤੇ ਮੇਰੇ ਤੋਂ ਬਾਅਦ ਮੈਂ ਪਹਿਲੀ ਵਾਰ ਇੱਕ ਵਾਰ ਸੁਣਿਆ ਕਿ ਇਹ 8 ਏਕਟਾਂ ਜਾਂ ਕਿਸੇ ਥਾਂ ਦੀ ਹੋਰ ਉਹਦਦਾਰੀਆਂ ਜਾਂ ਕਿਵੇਂ ਇਹਨਾਂ ਦੇ ਵਿੱਚ ਕੁਝ ਇਨਵੋਲਵਮੈਂਟ ਫਾਈਨੈਂਸ਼ੀਅਲ ਹੋਈ ਹੈ ਕੋਈ ਆਪਣਾ ਮੈਨੂੰ ਬੜਾ ਸ਼ੌਕ ਲੱਗਾ ਸ਼ਾਇਦ ਅੱਜ ਵੀ ਖਵਾਰਾਂ ਚੋਂ ਖਬਰਾਂ ਪਈਆਂ ਹੁਣ ਤੇ ਟਿਕਟ ਵਿਕੀ ਇਹ ਮੈਨੂੰ ਇਸ ਤਰ੍ਹਾਂ ਲੱਗਾ ਸੀ ਜਿਵੇਂ ਕਿਸੇਨੇ ਵਿੱਚ ਗੋਲੀਆਂ ਵੱਜ ਗਈਆਂ ਹੁਣ ਸਾਡੇ ਆ ਕੇ ਕਿ ਇਹ ਪਹਿਲੀ ਵਾਰ ਸੁਣਿਆ ਕਿ ਕਾਂਗਰਸ ਪਾਰਟੀ ਟਿਕਟ ਕਾਂਗਰਸੀਆਂ ਦੇ ਕਾਂਗਰਸੀਆਂ ਕੋਲ ਸੀ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਅਸੀਂ ਆ ਚੀਜ਼ਾਂ ਐਂ ਕਰੀਏ ਸੋ ਉਸ ਤੋਂ ਬਾਅਦ ਥੋੜਾ ਕਲਚਰ ਸਾਡਾ ਬਦਲਦਾ ਗਿਆ ਮੈਂ ਕਿਸੇ ਇੱਕ ਤੇ ਤੂ ਮਤ ਨਹੀਂ ਲਾ ਰਹੀ ਲੇਕਿਨ ਪਰ ਤੁਸੀਂ ਇਹ ਚੀਜ਼ ਮੰਨੋ ਕਿ ਇਦਾਂ ਹੋਇਆ ਜਿਹੜਾ ਟਿਕਟਾਕ ਵਿਕਣ ਦੀ ਗੱਲ ਹੈ ਕਾਂਗਰਸ ਦੇ ਕਲਚਰ ਹਾਂ ਹੋਇਆ ਮੈਂ ਨਹੀਂ ਹੋਇਆ ਜਾਂ ਨਾ ਹੋਇਆ ਮੈਂ ਨਹੀਂ ਕਹਿੰਦੀ ਅੱਜ ਵੀ ਜੇ ਕੋਈ ਕੱਡੋ ਖ਼ਬਰ ਕਿਸੇ ਥਾਂ ਤੇ ਉਸ ਵਕਤ ਜਦੋਂ 2021 ਦੀ ਗੱਲ ਹੈਗੀ ਹੈ ਇਹ ਸਾਡੀ ਸਰਕਾਰ ਬਣਨੀ ਸੀ ਕੈਪਟਨ ਸਾਹਿਬ ਪਾਰਟੀ ਦੇ ਪ੍ਰਧਾਨ ਸੀ ਉਸ ਵੇਲੇ ਦੇ ਜੋ ਕੋਈ ਅਖ਼ਬਾਰ ਇੱਕ ਵਾਰ ਕੱਢ ਕੇ ਦੇਖੋ ਉਸ ਅਖ਼ਬਾਰ ਵਿੱਚ ਖ਼ਬਰ ਸੀ ਦੇੜੀ ਖਬਰ ਮੈਨੂੰ ਵੀ ਉਹ ਖਬਰ ਹੀ ਸੀ ਸਹੀ ਸੀ ਗਲਤ ਸੀ ਮੈਨੂੰ ਨਹੀਂ ਪਤਾ ਲੇਕਿਨ ਮੈਂ ਕਹਿ ਕੋ ਖਬਰ ਮੇਰੇ ਸਿਰਨੇ ਚ ਕਿ ਇਹ ਇੱਕ ਖਬਰ ਵੀ ਕਿ ਕਿਸ ਤਰ੍ਹਾਂ ਆ ਸਕਦੀ ਹੈ ਸਾਡੀ ਪਾਰਟੀ ਤੱਕ ਕਰਕੇ ਤੇ ਇਸ ਤਰ੍ਹਾਂ ਦੀ ਗੱਲ ਆਈ ਨਹੀਂ ਸੀ ਇਹ ਕਿਉਂ ਆਈ ਹੈ ਕੀ ਬਦਲਾਅ ਹੋਇਆ ਕਿਸ ਤਰ੍ਹਾਂ ਆਇਆ ਤੇ ਉਹ ਦੈਟ ਵਾਸ ਵੈਰੀ ਸ਼ੌਕਿੰਗ ਸੋ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਸਮਝਦੀ ਹਾਂ ਕਿ ਸਾਡੇ ਪ੍ਰਾਣੇ ਜਿਵੇਂ ਮੈਂ ਦੱਸਿਆ ਹੈਗਾ ਕਿ ਅੱਜ ਤੱਕ ਬੇਕਰੇ ਬੈਠੇ ਆ ਕੋਈ ਉਂਗਲ ਨਹੀਂ ਰੱਖ ਸਕਦਾ ਕਿਸੇ ਥਾਂ ਤੇ ਵੀ ਆ ਕੇ ਆ ਮੈਨੂੰ ਕਈ ਵਾਰੀ ਕਹਿ ਜਾਂਦੇ ਜੀ ਪੱਟਲ ਨੇ ਕਰਜ਼ਾ ਮਾਫ ਕਰਾ ਲਿਆ ਜਾਂ ਤਾਂ ਉਹ ਵਿਚਾਰੇ ਸਾਡੇ ਬੇਸਮਝ ਨੇ ਪਤਾ ਨਹੀਂ ਉਹਨਾਂ ਨੂੰ ਮੈਂ ਕਿਹੜਾ ਮੈਂ ਤਾਂ ਕਰਜ਼ਾ ਕੋਈ ਲਿਆ ਹੀ ਨਹੀਂ ਜਿਹੜਾ ਮਾਫ ਕਰਾਇਆ ਮੈਂ ਤਾਂ ਸਭ ਕੁ ਆਪਣਾ ਕਰਜ਼ਾ ਲੈ ਕੇ ਇੱਕ ਝੂਠਾ ਮੈਥੋਂ ਉਗਰਾਹੀ ਕੀਤੀ ਗਈ ਸਾਰੇ ਹਿੰਦੁਸਤਾਨ ਚ ਪੰਜਾਬ ਸਾਰੇ ਵਜ਼ੀਰਾਂ ਨੂੰ ਐਮਐਲਏ ਨੂੰ ਐਮਪੀਆ ਨੂੰ ਕੋਠੀਆਂ ਮਿਲਦੀਆਂ ਉਹਨਾਂ ਦੀ ਟਾਈਟਲਮੈਂਟ ਹੈ ਅੱਜ ਵੀ ਮਿਲਦੀਆਂ ਹੈ ਚਾਹੇ ਭਗਵਾਨ ਤਮਾਨ ਜਾਂ ਸਾਰੀ ਮਿਨਿਸਟਰੀ ਸਭ ਨੂੰ ਮਿਲ ਗਈਆਂ ਕੋਟੀਆਂ ਮੈਨੂੰ ਵੀ ਮਿਲੀ ਸੀ ਇੱਕ ਕੋਠੀ ਮੈਂ ਵੀ ਐਮਐਲਏ ਸੀ ਮੈਨੂੰ ਵੀ ਹੱਕਦਾਰ ਸੀ ਸੀਐਮ ਹੋਣ ਕਰਕੇ ਉਹ ਥੋੜੀ ਵਾ ਦੇ ਦਿੰਦੇ ਵੱਡੀ ਦੇ ਦਿੰਦੇ ਐਮਐਲਏ ਚ ਹੁੰਦੇ ਉੱਥੇ ਫਲੈਟ ਦੇ ਦਿੰਦੇ ਆ ਤੇ ਮੇਰੇ ਕੋਲ ਦੋ ਤਾਂ ਹੈ ਹੀ ਨਹੀਂ ਸੀ ਇੱਕ ਕੋਠੀ ਦਾ ਮੈਨੂੰ ਹੱਕ ਸੀ ਉਹ ਮੈਨੂੰ ਉਹਨਾਂ ਨੇ ਖਾਲੀ ਕਰਨ ਨੂੰ ਤਾਂ ਨੋਟਿਸ ਭੇਜਤਾ ਲੇਕਿਨ ਮੈਨੂੰ ਕਿਹੜੀ ਲੋਟ ਕੀਤੀ ਉਹ ਦੱਸਿਆ ਨਹੀਂ ਮੈਨੂੰ ਮੈਂ ਕਿਹਾ ਦੱਸੋ ਮੈਂ ਜਾਵਾਂ ਕਿੱਥੇ ਮੇਰਾ ਇੱਕ ਤਾਂ ਹੱਕ ਹੈ ਜਾਂ ਤਾਂ ਸਾਰੇ ਵਜੀਰਾਂ ਤੋਂ ਖਾਲੀ ਕਰੋ ਤੇ ਇਸ ਕਰਕੇ ਮੇਰੇ ਉਹਨਾਂ ਨੇ ਪੈਸੇ ਪਾਏਗੇ ਪਾਏਗੇ ਨੋਟਿਸ ਭੇਜੀਗੇ ਮੈਂ ਫਿਰ ਇਸ ਸਟੇਟ ਕੋਰਟ ਚ ਗਈ ਕੀ ਆ ਮੇਰਾ ਹੱਕ ਹੈ ਆ ਸਾਰਿਆਂ ਕੋਲ ਹੈਗੀਆਂ ਮੈਥੋਂ ਇਕੱਲੀ ਤੋਂ ਕਿਉਂ ਇਹ ਖਾਲੀ ਕਰਾ ਕੇ ਕਿਉਂ ਇਹਦੇ ਨੇ ਪੈਸੇ ਪਾਏ ਜਾਂਦੇ ਮੈਂ ਦੂਜਾ ਕਿਉਂ ਨਹੀਂ ਦਿੰਦੇ ਉਹ ਕੋਰਟ ਨੇ ਇਹਨਾਂ ਦਾ ਕੇਸ ਡਿਸਮਿਸ ਕੀਤਾ ਉਹਦੇ باوجود ਇਲੈਕਸ਼ਨ ਆ ਗਏ ਸਰ ਨੂੰ ਐਨਓਸੀ ਚਾਹੀਦਾ ਸੀ ਬਾਦਲ ਸਰਕਾਰ ਸੀ ਉਸੇ ਉਹ ਅਫਸਰ ਨੇ ਕਿਹਾ ਕਹਿੰਦਾ ਜੀ ਇਹ ਤਾਂ ਤੁਸੀਂ ਐਨਓਸੀ ਤਾਂ ਮਿਲੂਗਾ ਜੇ ਆ ਪੈਸਾ ਭਰੋਗੇ ਖੜੇ ਪੈਰ ਮੈਂ ਆਪਦੀ ਕੰਜਨਸੀ 'ਚ ਜਾ ਕੇ ਪੈਸੇ ਭਰੇ ਲਿਖਿਆ ਨਾਲ ਕਿ ਅੰਡਰ ਪ੍ਰੋਟੈਸਟ ਮਜਬੂਰੀ 'ਚ ਭਰਨਾ ਪੈ ਰਿਹਾ ਹੈ ਮੇਰੇ ਤੇ ਨਜਾਇਜ਼ ਪਾ ਰਹੇ ਮੈਂ ਤਾਂ ਨਜਾਇਜ਼ ਕੋਈ ਕੋਠੀ ਰੱਖੀ ਨਹੀਂ ਜੈ ਜੀ ਇੱਕ ਕੋਠੀ ਹਰੇ ਕੋਲ ਹੈ ਮੇਰੇ ਕੋਲੇ ਵੀ ਹੈ ਤੇ ਉਸ ਕਰਕੇ ਕਈਆਂ ਨੂੰ ਪਤਾ ਨਹੀਂ ਕਰਦਾ ਉਹ ਮੈਚ ਜਦੋਂ ਰੱਖਿਆ ਹੋਇਆ ਸੀ ਆਪਣਾ ਪ੍ਰੋਟੈਸਟ ਕਰਕੇ ਰੱਖਿਆ ਸਰਕਾਰ ਆਈ ਮੈਂ ਕਹਿੰਦਾ ਆਹ ਕੋਡ ਦਾ ਫੈਸਲਾ ਹੈ ਆਹ ਸਾਰਿਆਂ ਦੀਆਂ ਤੁਹਾਡੇ ਕੋਲ ਅੱਜ ਵੀ ਕੋਠੀਆਂ ਨਹੀਂ ਗਈਆਂ ਪਹਿਲਾਂ ਵੀ ਕੋਠੀਆਂ ਸੀ ਮੇਰੇ ਕੋਲੇ ਵੀ ਕੋ ਸੀ ਜੇ ਤਾਂ ਦੋ ਹੈਗੀਆਂ ਤਾਂ ਮੈਥੋਂ ਲੈ ਲਓ ਪੈਸੇ ਜੇ ਇੱਕੋ ਹੀ ਹੈ ਤਾਂ ਫਿਰ ਮੇਰੇ ਨਾਲ ਤੁਸੀਂ ਇਨਜਸਟਿਸ ਕਿਵੇਂ ਕਰ ਸਕਦੇ ਮੈਨੂੰ ਜਸਟਿਸ ਦਿਓ ਉਹ ਜਸਟਿਸ ਦੇਣਾ ਪਿਆ ਉਹਨਾਂ ਨੂੰ ਅਕੋਰਡਿੰਗ ਟੂ ਰੂਲ ਦੇਣਾ ਪਿਆ ਤੇ ਕੋ ਸਾਰੇ ਕੋਠੀਆਂ ਚ ਬੈਠੇ ਸੀ ਇਸ ਕਰਕੇ ਅਸੀਂ ਤਾਂ ਅਜੇ ਤੱਕ ਆਪਣੇ ਘਰ-ਦਰ ਨਹੀਂ ਬਣਾਏ ਕੋਈ ਚੀਜ਼ ਨਹੀਂ ਬਣਾਈ ਲੇਕਿਨ ਹੁਣ ਜ਼ਮਾਨਾ ਬਦਲ ਗਿਆ ਹੌਣ ਤਾਂ ਲੋਕ ਆਉਂਦੇ ਪਿੱਛੋਂ ਤੇ ਪਹਿਲਾਂ ਘਰ ਬਣ ਜਾਂਦੇ ਨੇ ਸਾਰਾ ਕੁਝ ਹੁੰਦਾ ਹੈਗਾ ਠੀਕ ਹੈ ਮੈਂ ਸਮਝਦੀ ਹਾਂ ਕਿ ਆਪਣੀਆਂ ਜ਼ਿੰਮੇਵਾਰੀਆਂ ਆਪਣੀ ਪਰਿਵਾਰ ਦਾ ਖਾਪੜ ਸੇ ਦੇਖਣਾ ਪੈਂਦੀ ਹੈ ਲੇਕਿਨ ਨਾਟ ਔਨ ਦਾ ਕਾਸਟ ਆਫ ਪਬਲਿਕ ਮਨੀ ਜਾਂ ਤੁਹਾਡੀ ਆਪਣੀ ਸਰਕਾਰ ਜਾਂ ਪਾਰਟੀ ਦੀ ਮਨੀ ਤੇ ਪਟਲ ਜੀ ਹੁਣ ਕਹ ਲਿਆ ਕਿ ਇੱਕ ਸਾਬਕਾ ਸੀਐਮ ਦੇ ਤੌਰ ਦੇ ਉੱਪਰ ਸਿਰਫ ਤੁਸੀਂ ਹੀ ਕਾਂਗਰਸ ਪਾਰਟੀ ਦੇ ਵਿੱਚ ਸੀਨੀਅਰ ਲੀਡਰ ਰਹਿ ਗਏ ਹੋ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਔਰ ਜਿਵੇਂ ਹੁਣ ਨਵੇਂ ਪ੍ਰਧਾਨ ਲਾਨੇ ਗਏ ਨੇ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਆਪਣੀ ਪਾਰਟੀ ਨੂੰ ਔਰ ਉਹਨਾਂ ਲੋਕਾਂ ਨੂੰ ਜਿਹੜੇ ਹਲੇ ਵੀ ਰੁੱਸੇ ਹੋਏ ਨੇ ਜਿਸ ਤਰੀਕੇ ਦੇ ਨਾਲ ਗੱਲ ਚੱਲ ਰਹੀ ਆ ਔਰ ਉਹਨਾਂ ਲੋਕਾਂ ਨੂੰ ਵੀ ਜਿਹੜੇ ਪਾਰਟੀ ਦੇ ਵੱਲੋਂ ਜਿਵੇਂ ਤੁਸੀਂ ਕਹਿੰਦੇ ਕੋਈ ਗੱਲਬਾਤ ਨਹੀਂ ਕੀਤੀ ਗਈ ਬਿਲਕੁਲ ਸਾਈਡ ਲਾਈਨ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਦੇਖੋ ਚਾਹਾਂਗੇ ਕਿ ਇੱਕ ਵਾਰ ਮੈਂ ਜਿਸ ਤਰ੍ਹਾਂ ਦਿੱਲੀ ਮਿਲ ਕੇ ਆ ਕੇ ਅਸੀਂ ਅੱਖਾਂ ਦੇ ਸਾਹਮਣੇ ਆਪਣੀ ਪਾਰਟੀ ਬਰਬਾਦ ਹੁੰਦੀ ਨਹੀਂ ਦੇਖ ਸਕਦੇ ਸਾਨੂੰ ਵੀ ਇੱਕ ਇਲਜ਼ਾਮ ਹੋਊਗਾ ਕਿ ਤੁਸੀਂ ਜਾਉਂਦੇ ਸੀ ਪਾਰਟੀ ਡੁੱਬ ਰਹੀ ਸੀ ਮਾਰੇ ਸ ਤੇ ਅੱਜ ਬਹੁਤ ਸਾਰੇ ਸਾਡੇ ਕਾਂਗਰਸੀ ਲੀਡਰ ਮੇਰੇ ਕੋਲੇ ਆਉਂਦੇ ਆ ਮੀਟਿੰਗ ਬੁਲਾਓ ਬੈਠੋ ਕਹੋ ਕਿ ਉਹ ਕਿਸ ਤਰ੍ਹਾਂ ਹੋ ਗਿਆ ਕਿ ਬਹੁਤ ਸਾਰੇ ਕਾਂਗਰਸੀ ਲੀਡਰ ਜਿਨ੍ਹਾਂ ਦਾ ਇਨਜਸਟਿਸ ਹੋਇਆ ਅੱਜ ਵੀ ਮਨਜਾਦ ਆਉਂਦੇ ਅਵਤਾਰ ਸਿੰਘ ਬਰਾੜ ਰਾਜ ਖਰਾਨਾ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਪੁਸ਼ ਕਰਕੇ ਧੱਕ ਕੇ ਜਲੀਲ ਕਰਕੇ ਪਾਸੇ ਕੱਢਣ ਦਾ ਕੰਢਿਆ ਗਿਆ ਬੜੇ ਸਾਡੇ ਬੰਦੇ ਗਏ ਈਸ਼ਰ ਸਿੰਘ ਮਿਹਰਬਾਨ ਵਗੈਰਾ ਉਹ ਕਿੰਨੇ ਦੇ ਨਾਮ ਲਾਵਾਂ ਮੈਂ ਉਹ ਚਲੇ ਗਏ ਮਜਬੂਰ ਕਰਤੇ ਕਈ ਤਾਂ ਬਾਗੇ ਦੂਜੇ ਪਾਰਟੀ ਚ ਕਈ ਬਿਲਕੁਲ ਨਹੀਂ ਗਏ ਕਿਉਂ ਪਾਰਟੀ ਚ ਲੇਕਿਨ ਉਹ ਅੰਦਰ ਬੈਠ ਕੇ ਐਨੇ ਜਿਸ ਤਰ੍ਹਾਂ ਕਹਿੰਦੇ ਨੇ ਹਾਊਸ ਰੈਸਟਸ ਆਪਣੇ ਆਪ ਨੂੰ ਮਾਜੂਜ਼ ਕੈਦੀ ਮਜਬੂਰ ਹੋ ਗਏ ਹੈ ਕਿ ਅੰਦਰ ਬੈਠੋ ਤਰਫ ਰਹੇ ਐ ਤਰਫ ਦੇ ਰਹੇ ਹੈਗੇ ਸੀਗੇ ਅੱਜ ਮੈਂ ਸਮਝਦੀ ਆ ਕਿ ਵਕਤ ਆ ਗਿਆ ਕਿ ਅਸੀਂ ਇਹ ਸਾਰੀਆਂ ਹਨੇਰੀਆਂ ਦੇਖ ਲਈਆਂ ਨਮੀਆਂ ਚੇਂਜਸ ਵੀ ਦੇਖ ਲਈਆਂ ਪੁਰਾਣੀਆਂ ਚੇਂਜ ਵੀ ਦੇਖ ਲਈਆਂ ਜਦ ਤੱਕ ਜਿਸ ਤਰ੍ਹਾਂ ਮਹਾਤਮਾ ਗਾਂਧੀ ਜੀ ਕਹਿੰਸੀ ਚਾਹੇ ਪਾਛ ਹੀ ਹੋ ਕਮਿਟਿਡ ਹੋ ਮੈਂ ਇੱਕ ਵਾਰ ਰਾਹੁਲ ਜੀ ਨੂੰ ਵੀ ਕਿਹਾ ਸੀ ਵੀ ਤੁਹਾਨੂੰ 로यल ਚਾਹੀਦੇ ਆ ਜਾਂ ਲੋयल ਚਾਹੀਦੇ ਆ ਪਾਰਟੀ ਲਈ ਤੇ ਖੂਨ ਪੀਣ ਵਾਲੇ ਚਾਹੀਦੇ ਜਾਂ ਖੂਨ ਦੇਣ ਵਾਲੇ ਚਾਹੀਦੇ ਨੇ ਅੱਜ ਇਹ ਵਕਤ ਆ ਗਿਆ ਇਹ ਡਿਸੀਜਨ ਇਹ ਜੇ ਲੈਣ ਦਾ ਸਾਡੀਆਂ ਚਲੋ ਅਸੀਂ ਸਮਝਦੇ ਹਾਂ ਸ਼ੁਭ ਕਾਮਨਾਵਾਂ ਤਹਾਣੀ ਪਾਰਟੀ ਦੇ ਉੱਪਰ ਲੇਕਿਨ ਜਿਹੜਾ ਆ ਡੈਮੇਜ ਹੋਇਆ ਬੈ ਜਿਹੜਾ ਕਾਂਗਰਸ ਪਾਰਟੀ ਪੀੜਾ ਦੇ ਵਿੱਚ ਜੋ ਲੋਕ ਬੈਠੇ ਨੇ ਉਹਨਾਂ ਸਾਰਿਆਂ ਨੂੰ ਘਰਾਂ ਚੋਂ ਕੱਢਾਂਗੇ ਲਿਆਵਾਂਗੇ ਉਹਨਾਂ ਨਾਲ ਮੀਟਿੰਗਾਂ ਕਰਾਂਗੇ ਔਰ ਉਹਨਾਂ ਨਾਲ ਬੈਠ ਕੇ ਡਿਸਕਸ਼ਨ ਕਰਾਂਗੇ ਕੀ ਕੀਤਾ ਜਾਣਾ ਚਾਹੀਦਾ ਉਹਨਾਂ ਦੇ ਉੱਤੇ ਜ਼ਿੰਮੇਵਾਰੀਆਂ ਪਾ ਕੇ ਉਹਨਾਂ ਤੇ ਰੋਲ ਪਾ ਕੇ ਦੱਸ ਕੇ ਆ ਕੇ ਕਾਂਗਰਸ ਉਹਨੀ ਦੇਰ ਤੱਕਰ ਮਜ਼ਬੂਤੀ ਨਾਲ ਅੱਗੇ ਵਧਣ ਲਈ ਅੱਜ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਕੋਈ ਚੀਜ਼ ਥੋੜੀ ਟੁੱਟ ਜਾਂਦੀ ਹੈ ਜਾਂ ਕਮਜ਼ੋਰ ਹੋ ਜਾਂਦੀ ਹੈ ਟਾਇਰ ਦੇ ਉੱਤੇ ਵੀ ਕਹਿੰਦੇ ਆ ਪੈਂਚਰ ਲਾਉਣਾ ਪੈਂਦਾ ਅੱਜ ਉਹ ਵਕਤ ਦੇ ਉੱਪਰ ਇਹ ਸਾਰੇ ਉਹੀ ਅਸਲੀ ਕਮਿਟਡ ਕਾਂਗਰਸੀ ਬੰਦੇ ਹੀ ਲਾਉਣਗੇ ਉਹੀ ਕਰ ਸਕਦੇ ਹੈਗੇ ਆ ਉਹ ਜਾਨਾ ਦੇ ਕੇ ਵੀ ਆਪਣੀ ਕਾਂਗਰਸ ਪਾਰਟੀ ਲਈ ਲੜਨਗੇ ਸੋ ਅੱਜ ਸਾਨੂੰ ਅਪੋਰਚਨਿਸਟ ਲੋਕਾਂ ਤੋਂ ਬਚਣਾ ਚਾਹੀਦਾ ਹੈ ਕਮਿਟਡ ਲੋਕਾਂ ਨੂੰ ਪਾਰਟੀ ਲਿਆਉਣੀ ਚਾਹੀਦੀ ਹੈ ਪਾਰਟੀ ਬਹੁਤ ਵੱਡੀ ਹੈ ਪਾਰਟੀ ਨੂੰ ਬਹੁਤ ਪਾਰਟੀ ਦੇਣ ਹੈ ਪਾਰਟੀ ਨੂੰ ਲੋਕਾਂ ਨੇ ਵੱਡਾ ਦਿੱਤਾ ਬਹੁਤ ਕੁਝ ਔਰ ਪਾਰਟੀ ਨੇ ਵੀ ਦੇਸ਼ ਦੁਨੀਆ ਦਿਖਾਇਆ ਸਾ ਕੁਝ ਸੋ ਇਹ ਸਾਨੂੰ ਇਹਦੇ ਵਾਸਤੇ ਕੁਝ ਕਰਨਾ ਪਊਗਾ ਅਸੀਂ ਜਰੂਰ ਮੈਂ ਜਿਸ ਤਰ੍ਹਾਂ ਕਹ ਸੋਨੀਆ ਜੀ ਨੇ ਮਿਲੂਗੀ ਸੋਨੀਆ ਜੀ ਉਸੇ ਸਾਡੇ ਪੁਰਾਣੇ ਕਲਚਰ ਦੇ ਹੈਗੇ ਨੇ ਸਮਝਦੇ ਨੇ ਤੇ ਨਵੇਂ ਕਲਚਰ ਦੇ ਵਿੱਚ ਕਿੰਨੀਆਂ ਕਿ ਚੇਂਜਸ ਕੀਤੀਆਂ ਜਾ ਸਕਦੀਆਂ ਕਿੰਨਾ ਕੋ ਉਹਦੇ ਵਿੱਚ ਇੰਟਰਫੀਅਰੈਂਸ ਕੀਤਾ ਜਾ ਸਕਦਾ ਹੈ ਥੈਟ ਸ਼ੀ ਵਿਲ ਸੀ ਉਹਨਾਂ ਦੇਖਣਗੇ ਉਹਨਾਂ ਦੀ ਨੰ ਮਿਲਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਬਹੁਤ ਬਹੁਤ ਧੰਨਵਾਦ ਤਾਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪੱਠਲ ਜੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਫੈਸਲੇ ਦਾ ਸਵਾਗਤ ਕਰਦੇ ਹਾਂ ਭਾਰ ਇਸ ਤੋਂ ਪਹਿਲਾਂ ਇੱਕ ਵਾਰ ਸੋਚਿਆ ਤੇ ਵਿਚਾਰਿਆ ਜਾ ਸਕਦਾ ਸੀ ਖਾਸ ਤੌਰ ਦੇ ਉੱਪਰ ਉਹਨਾਂ ਲੋਕਾਂ ਨੂੰ ਜਿਹੜੇ ਕਿ ਰੇਸ ਦੇ ਵਿੱਚ ਅੱਗੇ ਚੱਲ ਰਹੇ ਸੀ ਔਰ ਦੂਸਰੇ ਪਾਸੇ ਜਿਨ੍ਹਾਂ ਨੂੰ ਗੱਡੀ ਤੋਂ ਉਤਾਰਿਆ ਗਿਆ ਹੈ ਕਟੁਕਟ ਉਹਨਾਂ ਨਾਲ ਬੈ ਕੇ ਇੱਕ ਕੱਪ ਆਫ ਟੀ ਹੋਣਾ ਚਾਹੀਦਾ ਸੀ ਔਰ ਉਹਨਾਂ ਨੂੰ ਵੀ ਇੱਕ ਤਰੀਕੇ ਦੇ ਨਾਲ ਇਹ ਕਹਿ ਰਹੇ ਨੇ ਕਿ ਸ਼ੌਕਿੰਗ ਕੰਡੀਸ਼ਨ ਹੈ ਕਿਸ ਤਰੀਕੇ ਦੇ ਨਾਲ ਵੀ ਹਲੇ ਸੈਸ਼ਨ ਖਤਮ ਹੁੰਦਿਆ ਸਾਰੇ ਲਿਸਟ ਆਉਂਦੀ ਆ ਔਰ ਕੋਈ ਸਲਾਹ مشورہ ਹੋਣਾ ਚਾਹੀਦਾ ਸੀ ਔਰ ਜਿਹੜੀ ਇਤਿਹਾਸ ਦੇ ਵਿੱਚ ਜਾਂ ਕਿਹੜੀ ਪਾਸ ਦੇ ਵਿੱਚ ਗਲਤੀਆਂ ਹੋਈਆਂ ਨੇ ਉਸ ਨੂੰ ਜੇਕਰ ਦਰੁਸਤ ਕਰਨਾ ਤਾਂ ਉਸ ਦਾ ਇੱਕੋ ਹੀ ਹੱਲ ਹੈ ਕਿ ਬੈਠ ਕੇ ਰਲ ਮਿਲ ਕੇ ਇੱਕ ਵਿਹੜੇ ਦੇ ਵਿੱਚ ਇੱਕ ਛੱਤ ਦੇ ਥੱਲੇ ਉਹਨਾਂ ਗਲਤੀਆਂ ਨੂੰ ਲੱਭਿਆ ਜਾਵੇ ਨਾ ਕਿ ਇੱਕ ਦੂਜੇ ਉੱਪਰ ਦੁਸ਼ਮਣਵਾਦੀ ਕੀਤੀ ਜਾਵੇ ਔਰ ਦੂਸਰੋਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਹੋ ਵੀ ਪਰਸੋਂ ਲਿਸਟਾਂ ਜਾਂ ਫੈਸਲੇ ਲਏ ਗਏ ਨੇ ਉਹ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ ਔਰ ਪੰਜਾਬ ਦੀ ਬਿਹਤਰੀ ਵਾਸਤੇ ਔਰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਏਕੇ ਨੂੰ ਲੈ ਕੇ ਹਰ ਪਲ ਤਤਪਰ ਤਿਆਰ ਰਹਿਣਗੇ ਕੈਮਰਾਮੈਨ ਵੇਦਰਾਮ ਦੇ ਨਾਲ ਭੁਲੋਜੀਤ ਸਿੰਘ এবੀਪੀਸਾਂ ਜਾਂ